ਅੱਜ ਜਿਹੜਾ ਇਹ ਪੀਆਈ ਇੰਡਸਟਰੀ ਵੱਲੋਂ ਇਹ ਧਨ ਦਾਨ ਕਿਸਾਨ ਇੱਕ ਕਾਰਜਕ੍ਰਮ ਕੀਤਾ ਜਾ ਰਿਹਾ ਹੈ। ਇਹ ਆਪਾਂ ਪਿਛਲੇ ਕਈ ਦਿਨਾਂ ਤੇ ਕਾਰਜਕ੍ਰਮ ਕਰ ਰਹੇ ਹਾਂ ਇੱਧਰ ਇਸ ਤਰ੍ਹਾਂ ਦੇ। ਆਪਾਂ ਕੋਸ਼ਿਸ਼ ਕਰ ਰਹੇ ਹਾਂ ਅਲੱਗ-ਅਲੱਗ ਜ਼ਿਲ੍ਹੇ ਦੇ ਵਿੱਚ, ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ ਕਿਸਾਨਾਂ ਤੇ ਇਸ ਤਰ੍ਹਾਂ ਡਿਜੀਟਲ ਪਲੇਟਫਾਰਮ ਤੇ ਰੂਬਰੂ ਹੋਣ ਦੀ ਆਪਾਂ ਕੋਸ਼ਿਸ਼ ਕਰ ਰਹੇ ਨੇ। ਤੇ ਅੱਜ ਦੇ ਦਿਨ ਜਿਹੜੀ ਸਮੱਸਿਆ ਹੈ, ਆਪਾਂ ਗੱਲ ਕਰ ਰਹੇ ਕਿ ਸਿੱਧੀ ਬਿਜਾਈ ਵਾਲਾ ਧਾਨ ਕਿਸ ਤਰ੍ਹਾਂ ਕੀਤਾ ਜਾਵੇ, ਕਿਸ ਚੀਜ਼ ਨੂੰ ਧਿਆਨ ਰੱਖਿਆ ਜਾਵੇ। ਤੇ ਪਿਛਲੇ ਸਾਲਾਂ ਤੱਕ ਆਪਾਂ ਕੋਸ਼ਿਸ਼ ਕਰਦੇ ਸੀ ਕਿ ਕਿਸਾਨ ਸਿੱਧੀ ਬਿਜਾਈ ਵਾਲਾ ਧਾਨ ਕਰੇ, ਕਿਉਂਕਿ ਅੱਜ ਦੇ ਦਿਨ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਬੜੀ ਦਿੱਕਤ ਹੈ ਉਹ ਪਾਣੀ ਦੀ ਹੈ। ਲੇਕਿਨ ਅੱਜ ਇੱਕ ਔਰ ਸਮੱਸਿਆ ਹੈ, ਜਿਹੜੀ ਕੋਵਿਡ ਕੋਰੋਨਾ ਵਾਇਰਸ ਕਰਕੇ ਇੱਕ ਨਵੀਂ ਦਿੱਕਤ ਹੋ ਗਈ ਹੈ ਕਿ ਲੇਬਰ ਅੱਜ ਦੇ ਦਿਨ ਆਪਣੇ 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 ਮੁਲਕਾਂ ਨੂੰ ਵਾਪਸ ਹੋ ਗਈ ਹੈ, ਜਿਹੜੇ ਬਿਹਾਰ ਦੀ ਸੀਗੀ, ਯੂਪੀ ਦੀ ਸੀਗੀ। ਤੇ ਹੁਣ ਕਿਸਾਨ ਦੇ ਸਾਹਮਣੇ ਇੱਕ ਬੜਾ ਚੈਲੰਜ ਹੈ ਕਿ ਉਹ ਕਿਸ ਤਰ੍ਹਾਂ ਆਪਣੀ ਖੇਤੀ ਨੂੰ, ਕਿਉਂਕਿ ਝੋਨਾ ਤਾਂ ਲੱਗਣਾ ਹੀ ਹੈ, ਝੋਨੇ ਤੋਂ ਇਲਾਵਾ ਆਪਾਂ ਸ਼ਿਫਟ ਕਿਸ ਕ੍ਰੋਪ 'ਚ ਕਰ ਸਕਦੇ ਹਾਂ ਉਹ ਇੰਨਾ ਜਲਦੀ ਪੋਸੀਬਲ ਨਹੀਂ ਹੈ। ਤੇ ਅਸੀਂ ਸਾਡੇ ਵੱਲੋਂ, ਪੀਆਈ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਹੈ ਕਿ ਆਪਾਂ ਜਿਹੜੇ DSR ਦੇ ਫਾਰਮਰ ਹੈਗੇ, ਜਿਹੜੇ ਸਿੱਧੀ ਬਿਜਾਈ ਦੇ ਵਿੱਚ ਕਈ ਸਾਲਾਂ ਤੇ ਕਰ ਰਹੇ, ਉਹਨਾਂ ਨੂੰ ਇਸ ਤਰ੍ਹਾਂ ਦੇ ਪਲੇਟਫਾਰਮ ਤੇ ਲਾ ਕੇ ਐਕਸਪੀਰੀਅੰਸ ਸ਼ੇਅਰ ਕਰੀਏ। ਨਾਲ ਹੀ ਜਿਹੜੇ ਆਪਣੇ KVK ਦੇ ਵਿੱਚ ਸਾਇੰਟਿਸਟ ਹੈਗੇ, ਉਹਨਾਂ ਦੇ ਐਕਸਪੀਰੀਅੰਸ ਹੈਗੇ, ਉਹ ਕਾਫੀ ਟਾਈਮ ਤੋਂ ਸਿੱਧੀ ਬਿਜਾਈ ਵਾਲੇ ਧਾਨ ਤੇ ਕੰਮ ਕਰ ਰਹੇ ਨੇ। ਉਹ ਕਿਸ ਤਰ੍ਹਾਂ ਆਪਣੇ ਲੋਕ, ਕਿਉਂਕਿ ਸਾਰੀ ਚੀਜ਼ਾਂ ਉਹ ਲੋਕਲ ਦੇ ਵਿੱਚ ਕਿਸ ਚੀਜ਼ ਦੀ ਨੀਡ ਹੈਗੀ, ਤੇ ਆਪਾਂ ਅੱਜ ਉਹੀ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਦੇ ਕੋਲ ਐਕਸਪੀਰੀਅੰਸ ਹੈਗਾ ਸਾਡੇ ਕਿਸਾਨ ਭਰਾਵਾਂ ਦੇ ਕੋਲ, ਉਹਨਾਂ ਦਾ ਐਕਸਪੀਰੀਅੰਸ ਆਪਾਂ ਸ਼ੇਅਰ ਕਰਾਂਗੇ। ਬਾਕੀ ਆਪਣੇ ਜੇ ਮਿਹਰਬਾਨ KVK ਤੋਂ ਹੈਗੇ ਸਾਇੰਟਿਸਟ ਹੈਗੇ, ਉਹਨਾਂ ਤੋਂ ਆਪਾਂ ਜਿਹੜੀ ਵੀ ਸਾਇੰਟਿਫਿਕ ਐਡਵਾਈਜ਼ਰੀ ਹੈਗੀ, ਕਿਸ ਚੀਜ਼ ਨੂੰ ਧਿਆਨ ਰੱਖਣਾ ਹੈ, ਕਿਹੜੀ ਚੀਜ਼ ਨੂੰ ਬਿਹਤਰ ਕਰ ਸਕਦੇ ਹਾਂ, ਕਿੱਦਾਂ ਆਪਾਂ ਬਿਹਤਰ ਉਪਜ ਲੈ ਸਕਦੇ ਹਾਂ, ਉਸ ਚੀਜ਼ ਨੂੰ ਅੱਜ ਆਪਾਂ ਸ਼ੇਅਰ ਕਰਾਂਗੇ ਇਸ ਡਿਸਕਸ਼ਨ ਦੇ ਵਿੱਚ। ਮੈਂ ਇੱਕ ਵਾਰ MP ਸਿੰਘ ਜੀ ਨੂੰ ਕਹਾਂਗਾ ਕਿ ਸਰ ਤੁਸੀਂ ਇਸ ਡਿਸਕਸ਼ਨ ਨੂੰ ਲੀਡ ਲੀਡ ਕਰਵਾਓ। ਮੈਂ ਇੱਕ ਵਾਰ ਫਿਰ ਸਾਰੇ ਕਿਸਾਨ ਭਰਾਵਾਂ ਦਾ ਜੀ ਆਇਆਂ ਆਖਦਾ ਹਾਂ, ਵੈਲਕਮ ਕਰਦਾ ਹਾਂ PI ਇੰਡਸਟਰੀ ਵੱਲੋਂ। ਇਹ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿੱਥੇ ਸਾਇੰਟਿਸਟ, ਫਾਰਮਰ ਔਰ ਕਿਸਾਨਾਂ ਦੇ ਵਿੱਚ ਵੀ ਉਹ ਕਿਸਾਨ ਹੈਗੇ ਨੇ ਜਿਹੜੇ ਕਿ 3 ਸਾਲ, 4 ਸਾਲ, 5 ਸਾਲ ਤੋਂ ਸਿੱਧੀ ਬਿਜਾਈ, ਔਰ ਕਈ ਨਵੇਂ ਫਾਰਮਰ ਨੇ ਹੈਗੇ ਜਿਹੜੇ ਕਿ ਸਿੱਧੀ ਬਿਜਾਈ ਇਸ ਸਾਲ ਹੀ ਕਰ ਰਹੇ ਨੇ, ਜਿਵੇਂ ਜਲੰਧਰ ਤੋਂ ਨੇ। ਸਾਡੇ ਜਿਹੜੇ ਸਾਇੰਟਿਸਟ ਨੇ ਡਾਕਟਰ ਰਮਿੰਦਰ ਕੌਰ ਜੀ, ਇਹ ਕਈ ਸਾਲਾਂ ਤੋਂ ਸਾਡੇ ਨਾਲ ਕੁਛ, ਸਾਡੇ ਜਿਹੜੇ ਪ੍ਰੋਜੈਕਟ PAU ਦੇ ਨਾਲ ਅਸੀਂ ਕਰਦੇ ਹੈਗੇ, ਉਹਨਾਂ ਦੇ ਵਿੱਚ ਸਾਡਾ ਬਹੁਤ ਸਾਥ ਇਹਨਾਂ ਦਿੱਤਾ। ਇਹ ਬਹੁਤ ਐਗਰੋਨੋਮਿਸਟ ਨੇ ਔਰ ਇਹਨਾਂ ਨੇ DSR ਦੇ ਉੱਤੇ ਬਹੁਤ ਜ਼ਿਆਦਾ ਇਹਨਾਂ ਦਾ ਯੋਗਦਾਨ ਹੈਗਾ। ਇਸੇ ਤਰ੍ਹਾਂ ਹੀ ਡਾਕਟਰ ਅਮਰੀਕ ਸਿੰਘ ਹੈਗੇ ਨੇ ਜਿਹੜੇ ਕਿ AO ਪਠਾਨਕੋਟ ਨੇ, ਐਗਰੀਕਲਚਰ ਆਫਿਸਰ ਪਠਾਨਕੋਟ ਨੇ। ਮੈਂ ਇਹਨਾਂ ਨੂੰ ਵੀ ਜੀ ਆਇਆਂ ਆਖਦਾ ਹਾਂ। ਔਰ ਅੱਜ ਦਾ ਇਹ ਜਿਹੜਾ ਕਾਰਜਕ੍ਰਮ ਹੈ, ਇਹਦੇ ਵਿੱਚ ਮੇਨ ਜਿਹੜੀ ਚੀਜ਼ ਦੇਖਣ ਵਾਲੀ ਹੈਗੀ ਹੈ ਕਿ ਨਵੇਂ ਫਾਰਮਰ ਤੇ ਪੁਰਾਣੇ ਫਾਰਮਰ ਜਿਹੜੇ ਕਿ DSR ਦਾ, ਸਿੱਧੀ ਬਿਜਾਈ ਦਾ ਜਿਨ੍ਹਾਂ ਦਾ ਐਕਸਪੀਰੀਅੰਸ ਹੈ, ਔਰ ਉਸ ਐਕਸਪੀਰੀਅੰਸ ਨੂੰ ਰੱਖਦੇ ਹੋਏ ਅਸੀਂ ਸਾਇੰਟਿਸਟ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਡਾਕਟਰ ਸਾਹਿਬਾਨ ਜਿਹੜੇ ਜੁੜੇ ਹੋਏ ਨੇ, ਉਹਨਾਂ ਤੋਂ ਗਾਈਡੈਂਸ ਲੈਣੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦੇ ਤੋਂ ਕਿਵੇਂ ਅਸੀਂ ਇਹਨੂੰ ਬਿਹਤਰ, ਹੋਰ ਬਿਹਤਰ ਕਰ ਸਕਦੇ ਹੋਈਏ, ਤਾਂ ਜੋ ਸਾਡਾ ਜਿਹੜਾ ਇਹ ਖੇਤੀ ਜਿਹੜੀ ਹੈਗੀ ਸਿੱਧੀ ਬਿਜਾਈ, ਜਿਹਦਾ ਅਸੀਂ ਸਾਇੰਟਿਸਟ ਵੀ ਕਹਿੰਦੇ ਨੇ, ਅਸੀਂ PI ਇੰਡਸਟਰੀ ਪਿਛਲੇ ਕਈ ਸਾਲਾਂ ਤੋਂ ਇਹੋ ਹੀ ਕਹਿੰਦੇ ਕਿ ਇਹ ਬਹੁਤ ਹੀ ਵਧੀਆ ਔਰ ਅੱਛਾ ਤਰੀਕਾ ਹੈਗਾ, ਮਤਲਬ ਝੋਨੇ ਦੀ ਬਿਜਾਈ ਕਰਨ ਦਾ। ਔਰ ਉਹਦੇ ਵਿੱਚ ਅਸੀਂ ਕਈ ਸਾਲ PAU ਦੇ ਨਾਲ ਰਲ ਕੇ ਇਸ ਪ੍ਰੋਜੈਕਟ ਦੇ ਉੱਤੇ ਕੰਮ ਕੀਤਾ, ਔਰ ਸਿੱਧੀ ਬਿਜਾਈ ਨੂੰ ਸਕਸੈਸ ਕਰਨ ਵਾਸਤੇ ਹਰਬੀਸਾਈਡ ਵੀ ਜਿਹੜੇ PI ਇੰਡਸਟਰੀ ਨੇ ਪ੍ਰੋਵਾਈਡ ਕੀਤੇ ਨੇ, ਤੇ ਅਸੀਂ ਉਹ ਐਕਸਪੀਰੀਅੰਸ ਜਿਹੜੇ ਨੇ ਆਪਣੇ ਇਸ ਗੋਸ਼ਟੀ ਦੇ ਵਿੱਚ ਅਸੀਂ ਆਪਣੇ ਸ਼ੇਅਰ ਕਰਾਂਗੇ। ਤੇ ਮੈਂ ਰਿਕੁਐਸਟ ਕਰਾਂਗਾ ਕਿ ਸਭ ਤੋਂ ਪਹਿਲਾਂ ਗੁਰਚਰਨ ਸਿੰਘ ਜੀ, ਸਾਡੇ ਜਗਦੇਵ ਸਿੰਘ ਜੀ ਹੈਗੇ ਨੇ ਫਤਿਹਗੜ੍ਹ ਸਾਹਿਬ ਤੋਂ, ਜਿਹੜੇ ਕਿ ਪੁਰਾਣੇ 3 ਸਾਲ ਤੋਂ ਆਪਣਾ ਐਕਸਪੀਰੀਅੰਸ ਹੈ ਇਹਨਾਂ ਦਾ, 3-4 ਸਾਲ ਤੋਂ ਸਿੱਧੀ ਬਿਜਾਈ ਕਰਦੇ ਨੇ, ਵੀ ਉਹਨਾਂ ਦਾ ਕੀ ਐਕਸਪੀਰੀਅੰਸ ਹੈਗਾ। ਤੇ ਉਸ ਤੋਂ ਬਾਅਦ ਫਿਰ ਅਸੀਂ ਹੌਲੀ ਹੌਲੀ ਕਿਸਾਨਾਂ ਤੋਂ ਬਾਅਦ ਜੋ ਡਾਕਟਰ ਸਾਹਿਬਾਨ ਸਾਨੂੰ ਗਾਈਡ ਕਰਨਗੇ ਉਸ ਹਿਸਾਬ ਨਾਲ ਅਸੀਂ ਇਸ ਨੂੰ, ਗੋਸ਼ਟੀ ਨੂੰ ਅੱਗੇ ਵਧਾਵਾਂਗੇ। ਮੈਂ ਸਰਦਾਰ ਗੁਰਚਰਨ ਸਿੰਘ ਤੋਂ ਜਗਦੇਵ ਸਿੰਘ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਪਿਛਲੇ 3 ਸਾਲ ਤੋਂ ਸਿੱਧੀ ਬਿਜਾਈ ਕਰ ਰਹੇ ਹੈਗੇ ਨੇ, ਤੇ ਉਹਨਾਂ ਦਾ ਕੀ ਐਕਸਪੀਰੀਅੰਸ ਹੈ, ਕਿਵੇਂ ਕਰਦੇ ਨੇ, ਉਹ ਸਾਨੂੰ ਐਕਸਪੀਰੀਅੰਸ ਸ਼ੇਅਰ ਕਰਨਾ। ਤੇ ਮੇਰਾ ਐਕਸਪੀਰੀਅੰਸ ਅਭਿਆਸ ਰਿਹਾ ਪਿਛਲੇ 3 ਸਾਲ ਤੋਂ ਸਿੱਧੀ ਬਿਜਾਈ ਦਾ। ਅਸੀਂ ਜ਼ਿਆਦਾ ਤਾਂ ਨਹੀਂ ਕੀਤੀ, 3 ਕਿੱਲਿਆਂ ਤੋਂ ਸ਼ੁਰੂ ਕੀਤਾ ਸੀਗਾ, ਪਿਛਲੀ ਵਾਰ 5 ਕਿੱਲੇ ਕੀਤੇ ਸੀਗੇ, ਯਾਨੀ ਕਿ ਬਹੁਤ ਵਧੀਆ ਰਿਜ਼ਲਟ ਰਿਹਾ। ਜੇ ਆਪਾਂ ਕਹੀਏ ਵੀ ਲੇਬਰ ਤੋਂ ਝੋਨਾ ਲਗਾਉਣ ਨਾਲੋਂ ਕੋਈ ਜ਼ਿਆਦਾ ਫਰਕ ਨਹੀਂ ਹੈਗਾ, ਸਿੱਧੀ ਬਿਜਾਈ ਕਰਨ ਦੇ ਵਿੱਚ ਸੇਮ ਝਾੜ ਆਉਂਦਾ ਹੈ ਤੇ
ਹੋਰ ਕਈ ਖਰਚੇ ਇਹਦੇ ਵਿੱਚ ਘੱਟ ਜਾਂਦੇ ਨੇ ਸਿੱਧੀ ਬਿਜਾਈ ਕਰਨ ਦੇ ਵਿੱਚ। ਪਿਛਲੇ 3 ਸਾਲ ਤੋਂ ਇਹ ਸਿੱਧੀ ਬਿਜਾਈ ਕਰ ਰਹੇ ਹੈਗੇ ਨੇ ਔਰ ਇਹ 3 ਤੋਂ ਸ਼ੁਰੂ ਕੀਤਾ ਸੀ ਇਹਨਾਂ ਨੇ 5 ਏਕੜ ਤੱਕ ਇਹ ਜਿਹੜੀ ਹੈ ਸਿੱਧੀ ਬਿਜਾਈ ਕਰਦੇ ਨੇ। ਹੋਰ ਸਾਡੇ ਇੱਧਰ ਸਤਨਾਮ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਪਟਿਆਲਾ ਤੋਂ, ਇਹ ਵੀ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਗੇ ਕਿ ਕੀ ਇਹਨਾਂ ਦਾ ਕੀ ਐਕਸਪੀਰੀਅੰਸ ਹੈਗਾ, ਕਿਉਂਕਿ 2 ਸਾਲ ਹੋ ਗਏ ਨੇ, ਦੂਸਰਾ ਸਾਲ ਹੈ ਇਹਨਾਂ ਦਾ ਮਤਲਬ ਕਿ ਸਿੱਧੀ ਬਿਜਾਈ ਦੇ ਵਿੱਚ। ਉਹਦੇ ਵਿੱਚ ਮੈਨੂੰ ਪ੍ਰੋਬਲਮ ਆਈ ਸੀ ਕਬਾੜ ਦੀ ਜੀ। ਜੀ ਹਾਂਜੀ, ਬਾਕੀ ਅੱਗੋਂ ਫੇਰ ਹੁਣ ਏਦਾਂ ਸਲਾਹ ਵੀ ਕਰਨ ਦੀ ਜੀ, ਹੁਣ ਤਿਆਰੀ ਹੈ ਫੇਰ। ਜੀ 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 ਹਾਂਜੀ, ਸਾਨੂੰ ਕਬਾੜ ਦੀ ਚਾਹੀਦੀ ਵੀ, ਕਬਾੜ ਦੀ ਦਵਾਈ ਸਹੀ ਮਿਲਣੀ ਚਾਹੀਦੀ ਹੈ, ਬਾਕੀ ਤੇ ਚਲੋ ਬਿਜਾਈ ਦੀ ਕਰਾ ਕਰਾਂਗੇ ਜੀ। ਜੀ ਸਾਨੂੰ ਵੀ ਮਤਲਬ ਕਿੰਨੀ ਤਰੀਕੇ ਦੀ ਕਿਹੜੇ ਚਾਹੀਦੇ ਨੇ ਸਾਈ ਬਿਜਾਈ ਦਾ? ਹਾਂਜੀ ਵੀ ਰੇਟ ਤੇ ਨਹੀਂ ਹੈਗੇ ਬਾਤੇ, ਕਿਹੜਾ ਬੀਜ ਬੀਜਣਾ ਚਾਹੀਦਾ ਜੀ? ਡਾਕਟਰ ਰਮਿੰਦਰ ਕੌਰ ਜੀ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪਲੀਜ਼ ਥੋੜਾ ਜਿਹਾ ਸੋਇੰਗ ਤੋਂ ਲੈ ਕੇ ਡੇਟ ਆਫ ਸੋਇੰਗ ਦਾ ਕੀ ਹੈਗਾ ਵਾ, ਕਿਸ ਤਰ੍ਹਾਂ ਆਪਾਂ ਕਿਹੜੀ ਕਿਹੜੀਆਂ ਵਰਾਇਟੀਆਂ ਹੈਗੀਆਂ ਨੇ ਉਹਨਾਂ ਦੇ ਬਾਰੇ ਆਪਾਂ ਮਤਲਬ ਕਿਸਾਨਾਂ ਨੂੰ ਥੋੜੀ ਜਿਹੀ ਜਾਣਕਾਰੀ ਦੇ ਦਈਏ, ਤਾਂ ਜੋ ਕੁਛ ਨਵੇਂ ਕਿਸਾਨ ਜਿਹੜੇ ਜੁੜੇ ਹੋਏ ਆ ਉਹਨਾਂ ਨੂੰ ਵੀ ਇਸ ਦੀ ਬਾਰੇ ਜਾਣਕਾਰੀ ਆ ਜਾਵੇ ਵੀ ਕਿਹੜੀਆਂ ਵਰਾਇਟੀਆਂ ਕਦੋਂ ਲਾਉਣੀਆਂ ਚਾਹੀਦੀਆਂ, ਕਿਸ ਤਰ੍ਹਾਂ ਦੀ ਮਿੱਟੀ ਹੁੰਦੀ ਹੈ ਚਾਹੀਦੀ ਹੈਗੀ ਹੈ ਔਰ ਕਿਸ ਤਰ੍ਹਾਂ ਦਾ ਸਾਨੂੰ ਤਾਰ ਵੱਤਰ ਕਰਨੀ ਚਾਹੀਦੀ ਹੈ ਜਾਂ ਕਿਸ ਤਰ੍ਹਾਂ ਆਪਾਂ ਨੂੰ ਸਿੱਧੀ ਬਿਜਾਈ ਜਿਹੜੀ ਕਰਨੀ ਚਾਹੀਦੀ ਉਹਦੇ ਬਾਰੇ ਡਿਟੇਲ ਜਿਹੜੀ ਜਾਣਕਾਰੀ ਪਲੀਜ਼ ਸ਼ੇਅਰ ਕਰਨਗੇ। ਸਾਡੇ ਵੱਲੋਂ ਤੇ ਛੋਟੀ ਥੋੜਾ ਸਮਾਂ ਲੈਣ ਵਾਲੀਆਂ ਵੈਰਾਈਟੀਆਂ ਜਿਹੜੀਆਂ ਨਾ ਉਹ ਅਸੀਂ ਸਿਫਾਰਿਸ਼ ਕਰਦੇ ਆ, ਪਰ ਕਈ ਵਾਰੀ ਕੀ ਹੁੰਦਾ ਕੁਝ ਏਰੀਆ 'ਚ ਜਿਵੇਂ ਸਾਡੀ PR 121 ਅੰਮ੍ਰਿਤਸਰ 'ਚ ਜ਼ਿਆਦਾ ਲੱਗਦੀ ਆ, ਉਹ ਬਾਕੀ ਜ਼ਿਲ੍ਹਿਆਂ 'ਚ ਨਹੀਂ ਲੱਗਦੀ। ਉਸ ਕੇਸ 'ਚ ਅਸੀਂ ਇਹ ਕਹਿੰਦੇ ਆ ਵੀ ਜੇ ਤੁਸੀਂ ਪਹਿਲੀ ਵਾਰ ਬਿਜਾਈ ਕਰਨ ਲੱਗੇ ਹੋ ਨਾ ਸਿੱਧੀ ਬਿਜਾਈ, ਤੇ ਜਿਹੜੀ ਵੈਰਾਈਟੀ ਪਹਿਲਾਂ ਬੀਜਦੇ ਆ ਰਹੇ ਹੋ ਤੁਸੀਂ ਉਹੀ ਲੈ ਲਓ, ਠੀਕ ਹੈ? ਕਿਉਂਕਿ ਵੈਰਾਈਟੀ ਨਾਲ ਤੇ ਬੰਦਾ ਫੈਮਿਲੀਅਰ ਹੁੰਦਾ ਨਾ, ਉਹਦੇ ਨਾਲ ਜਾਣ ਪਛਾਣ ਆ ਉਹਦੀ ਕੀ ਕਿੱਦਾਂ ਚੱਲ ਰਿਹਾ ਹੈ, ਸੋ ਵਰਾਇਟੀ ਤੁਸੀਂ ਉਹੀ ਲੈ ਸਕਦੇ ਹੋ। ਜੇ ਪਰਮਲ ਲੈਣੀ ਆ ਤੇ PR 121 ਜਾਂ PR 126 ਇਹ ਵਰਾਇਟੀਆਂ ਸਿਫਾਰਿਸ਼ ਕੀਤੀਆਂ ਨੇ, ਤੇ ਬਾਸਮਤੀ ਚ ਅਸੀਂ ਪੂਸਾ 1121 ਤੇ 1509 ਜਿਹੜੀ ਉਹ ਸਿਫਾਰਿਸ਼ ਕਰ ਰਹੇ ਹਾਂ। ਹੁਣ ਦੂਸਰੀ ਗੱਲ ਇਹ ਆ ਮੇਨ, ਜਿਵੇਂ ਵਰਾਇਟੀ ਨਵੀਂ ਆਈ ਆ ਜਿਵੇਂ ਝੋਨੇ ਦੀਆਂ PR 128 ਤੇ 129, ਤੇ ਉਹ ਜੇ ਤੁਸੀਂ ਸਿੱਧੀ ਬਿਜਾਈ ਚ ਲੈ ਆਓਗੇ ਨਾ, ਉਹ ਤੇ ਇੱਕ ਤੇ ਵਰਾਇਟੀ ਨਵੀਂ ਹੈ, ਉਹਨੇ ਹਜੇ ਤੁਹਾਡੇ ਜ਼ਿਲ੍ਹੇ ਚ ਆ ਕੇ ਟਿਕਣਾ ਹੈ। ਕੋਈ ਵੀ ਵਰਾਇਟੀ 1-2 ਸਾਲ ਲੈ ਜਾਂਦੀ ਆ, ਤੇ ਕੱਲ ਨੂੰ ਇਹ ਨਾ ਹੋਵੇ ਵਰਾਇਟੀ ਦਾ ਕਸੂਰ ਹੋਵੇ ਤੇ ਆਪਾਂ ਕਸੂਰ ਬਿਜਾਈ ਦਾ ਕੱਢ ਲਈਏ, ਜਾਂ ਉਲਟ ਕਰ ਲਈਏ ਵੀ ਗਲਤੀ ਸਾਡੇ ਕੋਲ ਬਿਜਾਈ ਚ ਰਹਿ ਗਈ ਹੈ ਤੇ ਅਸੀਂ ਵਰਾਇਟੀ ਨੂੰ ਮਾੜਾ ਕਹੀ ਜਾਈਏ। ਸੋ ਜਿਹੜੀਆਂ ਤੁਸੀਂ ਵਰਤਦੇ ਆ ਰਹੇ ਹੋ ਵਰਾਇਟੀਆਂ ਉਹ ਲਾਓ, ਤੇ ਸਮਾਂ ਅਸੀਂ ਤੇ ਕਿਹਾ ਵਾ 1 ਜੂਨ ਤੋਂ ਲਾਉਣਾ ਯੂਨੀਵਰਸਿਟੀ ਨੇ, ਪਰ ਇਹ ਕੀ ਜਿਵੇਂ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ ਤੇ ਸਾਡੀ 80% ਬਿਜਾਈ ਪੂਰੀ ਕਰਤੀ ਹੈ ਸਿੱਧੀ ਬਿਜਾਈ। ਉਹਦੇ ਵਿੱਚ ਮੇਨ ਮੁੱਦਾ ਇਹ ਆ ਕਿ ਜਦੋਂ ਆਪਾਂ 20 ਤੋਂ 20 ਲੈਣਾ ਹੈ, ਮਤਲਬ ਆਪਾਂ 20 ਘੇਰ ਦਿੱਤਾ ਪਨੀਰੀ ਲੈਣ ਲਈ, ਸਾਡੇ 15 ਦਿਨ ਪਹਿਲਾਂ ਫਸਲ ਪੱਕ ਆਉਂਦੀ ਹੈ, ਆਪਾਂ ਨੂੰ ਉਹ ਟਾਈਮ ਵੀ ਵੇਖਣਾ ਪਏਗਾ ਵੀ ਜਦੋਂ ਮੰਡੀ 'ਚ ਜਾਣਾ ਹੈ ਉਸ ਟਾਈਮ ਤੇ ਮੌਸਮ ਕਿੰਨਾ ਕੁ ਹੈ, ਤੇ ਤੁਹਾਡੀ ਝੋਨਾ ਲਾਇਆ ਤੁਸੀਂ ਉਹ ਸਤੰਬਰ 'ਚ ਪੱਕ ਗਿਆ, ਉਦੋਂ ਹਜੇ ਸਰਕਾਰੀ ਖਰੀਦ ਤਾਂ ਆਈ ਨਹੀਂ ਹੁੰਦੀ, ਸਾਨੂੰ ਉਹ ਨੁਕਸਾਨਦੇਹ ਹੋਈ। ਪਲੱਸ ਆਪਾਂ ਗੱਲ ਕਰਦੇ ਹਾਂ ਸਿੱਧੀ ਬਿਜਾਈ ਦੀ ਕਿ ਪਾਣੀ ਬਚਦਾ ਹੈ, ਜੇ ਮਈ 'ਚ ਬੀਜ ਲਿਆ ਮਈ 'ਚ ਪਾਣੀ ਨਹੀਂ ਬਚਣਾ, ਪਾਣੀ ਜੂਨ 'ਚ ਹੀ ਬਿਜਾਈ ਕੀਤੇ ਆ ਬਚਣਾ। ਤੇ ਇੱਕ ਇਹ ਹੋ ਜਾਂਦਾ ਨਦੀਨ ਘੱਟ ਉੱਗਦੇ ਆ, ਜਿੰਨਾ ਪਾਣੀ ਤੁਸੀਂ ਵੱਧ ਲਾਈ ਜਾਓਗੇ ਉਨਾ ਹੀ ਨਦੀਨ ਵੱਧ ਆ ਜਾਣੀ। ਦੂਸਰੀ ਆਉਂਦੀ ਬੀਜਣਾ ਕਿੱਦਾਂ ਹੈ, ਵੱਤਰ ਬੀਜਣਾ ਹੈ ਕਿ ਸੁੱਕੇ 'ਚ ਬੀਜਣਾ? ਦੇਖੋ ਮੇਰਾ ਤੇ ਐਕਸਪੀਰੀਅੰਸ ਰਿਹਾ ਹੈ ਕਿ ਜੇ ਤੇ ਤੁਸੀਂ ਵੱਤਰ ਬਹੁਤ ਜ਼ਿਆਦਾ ਰੱਖ ਸਕਦੇ ਹੋ ਆਪਣੇ ਖੇਤ ਵਿੱਚ ਫੇਰ ਠੀਕ ਹੈ, ਜੇ ਉੱਪਰ ਤੁਸੀਂ 1 ਇੰਚ 1.5 ਇੰਚ 2-3 ਦਿਨਾਂ ਬਾਅਦ ਸੁਕਾ ਹੀ ਲੈਣੀ ਹੈ, ਸੁੱਕ ਜਾਣੀ ਹੈ ਸਾਡੀ, ਫਿਰ ਤੁਸੀਂ ਤਾਰ ਵੱਤਰ ਵਾਲੀ ਬਿਜਾਈ ਚ ਨਾ ਜਾਓ, ਫਿਰ ਸੁੱਕੇ ਚ ਆ ਜਾਓ। ਸੁੱਕੇ ਚ ਕੀ ਫਾਇਦੇ ਲੱਗਦੇ ਨੇ ਜੋ ਮੈਂ ਦੇਖੇ ਨੇ, ਵੀ ਇੱਕ ਤਾਂ ਤੁਸੀਂ ਪਾਣੀ ਲਾਤਾ ਅੱਜ ਬੀਜਿਆ ਸ਼ਾਮ ਨੂੰ ਪਾਣੀ ਲਾਤਾ, ਦੂਜੇ ਦਿਨ ਤੁਹਾਡਾ ਵੱਤਰ ਆ ਗਿਆ, ਤੁਸੀਂ ਜਿਹੜੀ ਪੈਂਡੀ ਮੈਥਲੀਨ ਦੀ ਆਪਾਂ ਸਪਰੇਅ ਕਰਨੀ ਆ, ਕਿਉਂਕਿ 150 ਤੋਂ 200 ਲੀਟਰ ਪਾਣੀ ਬਹੁਤ ਘੱਟ ਲੱਗਦਾ, ਤੇ ਉਹਦੇ ਨਾਲ ਕੀ ਹੈ ਜੇ ਇਹ ਸਪਰੇਅ ਆਪਾਂ ਮਿਸ ਕਰਕੇ ਨਾ ਤੇ ਸਾਡਾ ਨਦੀਨ ਨਹੀਂ ਕੰਟਰੋਲ ਹੁੰਦਾ, ਫਿਰ ਅਸੀਂ ਬਿਜਾਈ ਦਾ ਨੁਕਸ ਕੱਢਦੇ ਹਾਂ, ਦਵਾਈਆਂ ਦਾ ਕੱਢਦੇ ਹਾਂ, ਜਿੰਨੇ ਟੈਕਨੀਕ ਦਿੱਤੀ ਉਹਦਾ ਕੱਢਦੇ ਹਾਂ। ਸੋ ਸੁੱਕੀ ਚ ਵੀ ਬਿਜਾਈ ਬਹੁਤ ਵਧੀਆ ਹੋ ਜਾਂਦੀ ਹੈ, ਤੁਸੀਂ ਇਹ ਰੱਖਣਾ ਕਿ ਜੇ ਅੱਜ ਬੀਜਿਆ ਹੈ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਪਾਣੀ ਲੱਗ ਜਾਏ, ਪਰ ਇਹ ਨਹੀਂ ਕਿ ਤੀਜੇ ਚੌਥੇ ਦਿਨ ਜਾ ਕੇ ਤੁਸੀਂ ਪਾਣੀ ਲਾਓ, ਉਹ ਤੁਸੀਂ ਧਿਆਨ ਰੱਖ ਲੈਣਾ। ਫਿਰ ਨਦੀਨ ਪਹਿਲੀ ਸਪਰੇਅ ਜ਼ਰੂਰ ਕਰਨੀ ਹੈ, ਪੈਂਡੀ ਮੈਥਲੀਨ ਦੀ ਕਰ ਲੈਣੀ ਹੈ, ਵੈਸੇ ਇੱਕ ਦਵਾਈ ਸਾਥੀ ਵੀ ਅਸੀਂ ਸਿਫਾਰਿਸ਼ ਕਰਦੇ ਹਾਂ, ਪਰ ਉਹ ਲੇਬਲ ਕਲੇਮ ਕਰਕੇ ਸਾਡੀ ਜਿਹੜੀ ਕਿਤਾਬ ਉਹਦੇ ਚ ਨਹੀਂ ਹੈ, ਪਰ ਤੁਸੀਂ ਕਰ ਸਕਦੇ ਹੋ, ਚੰਗੀ ਹੈ ਉਹ ਦਵਾਈ। ਤੇ ਇਹ ਮੇਨ, ਬਾਕੀ ਸਿੱਧੀ ਬਿਜਾਈ ਮੈਂ ਦੱਸਾਂ ਤੁਹਾਨੂੰ, ਸਾਰਿਆਂ ਨੂੰ ਗਾਈਡ ਕਰੋ, ਇਹ ਜਿਹੜੇ ਬੰਦਾ ਸਿੱਧਾ ਹੋਊਗਾ ਨਾ ਉਹ ਨਹੀਂ ਕਰ ਸਕੂਗਾ, ਇਹਨੂੰ ਦਿਮਾਗ ਨਾਲ ਕਰਦੇ, ਠੀਕ ਹੈ ਜੀ? ਦੇਖਣਾ ਤੁਹਾਨੂੰ ਪਤਾ ਹੋਵੇ ਤੁਹਾਡੇ ਖੇਤ ਵਿੱਚ ਪਿਛਲੇ ਸਾਲ ਕਿਹੜੇ ਨਦੀਨ ਉੱਗਦੇ ਰਹੇ ਨੇ, ਇਸ ਤੁਹਾਨੂੰ ਹਰ ਫਸਲ ਹੀ ਤੁਹਾਨੂੰ ਜ਼ਰੂਰੀ ਹੈ, ਤੁਹਾਡਾ ਖੇਤ ਕਿਹੋ ਜਿਹਾ, ਰੇਤਲੀ ਜ਼ਮੀਨਾਂ 'ਚ ਆਪਾਂ ਨਹੀਂ ਕਰਨੀ,
ਜੇ ਪਾਣੀ ਬਹੁਤ ਜ਼ਿਆਦਾ ਰੁਕ ਜਾਂਦਾ ਪਾਣੀ ਜੀਰ ਕਰਨੀ ਤਾਂ ਨਹੀਂ ਕਰਨੀ। ਸੋ ਇਹ ਜਿਹੜੀ ਟੈਕਨੀਕ ਹੈ ਨਾ ਆਪ ਵੀ ਸਿੱਖੋ ਦੂਜਿਆਂ ਨੂੰ ਵੀ ਸਿਖਾਓ ਵੀ ਇਹ ਆਪਾਂ ਕਾਪੀ ਪੈਨ ਲੈ ਕੇ ਕਰਨੀ। ਤੇ ਸਭ ਤੋਂ ਮੇਨ ਜਿਹੜੀ ਇਹਨਾਂ ਨੇ ਐਮਫੇਸ ਦਿੱਤਾ ਹੈ ਕਿ ਬੰਕਰ ਜਿਹੜਾ ਪੈਂਡੀਮੈਥਲਿਨ ਹੈਗਾ ਉਹਦੀ ਸਪਰੇਅ ਜਿਹੜੀ ਹੈਗੀ ਹੈ ਬਹੁਤ ਜ਼ਰੂਰੀ ਹੈ, ਕਿਉਂਕਿ ਅਗਰ ਉਹਦੀ ਸਪਰੇਅ ਨਹੀਂ ਕਰਦੇ ਆਪਾਂ ਪਹਿਲੀ ਸਪਰੇਅ ਜਿਹੜੀ ਹੈਗੀ ਹੈ ਬੰਕਰ ਦੀ ਉਹ ਨਹੀਂ ਕਰਦੇ ਤਾਂ ਉਹਦੇ ਨਾਲ ਸਾਨੂੰ ਕਈ ਸਾਰੇ ਨਦੀਨਾਂ ਦਾ ਸਾਹਮਣਾ ਕਰਨਾ ਪੈਂਦਾ ਇਹੋ ਜੀ। ਤੇ ਇਸ ਕਰਕੇ ਸਾਨੂੰ ਥੋੜਾ ਜਿਹਾ ਉਹਦਾ ਵੀ ਧਿਆਨ ਦੇਣਾ ਪਏਗਾ। ਔਰ ਨਾਲ ਹੀ ਨਾਲ ਡਾਕਟਰ ਸਾਹਿਬ ਮੈਂ ਥੋੜਾ ਜਿਹਾ ਐਡ ਕਰਦਿਆਂ ਕਿ ਜਿੱਥੇ ਵੀ ਜਿਹੜੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਹੈਗੀਆਂ ਨੇ ਉੱਥੇ ਹੀ ਆਪਾਂ ਨੂੰ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ। ਕਾਰਨ ਇਹ ਹੈ ਕਿ ਜਿੱਥੇ ਹੌਲੀਆਂ ਜ਼ਮੀਨਾਂ ਹੋਣਗੀਆਂ ਉੱਥੇ ਤੁਹਾਡੀ ਲੋਹੇ ਦੀ ਘਾਟ ਜਿਹੜੀ ਹੈ ਉਹ ਬਹੁਤ ਜ਼ਿਆਦਾ ਆ ਜਾਏਗੀ, ਫਿਰ ਆਪਣੀ ਫਸਲ ਫਿਰ ਆਪਾਂ ਰਿਕਵਰ ਨਹੀਂ ਕਰ ਸਕਦੇ ਹੈਗੇ। ਤੇ ਮੈਂ ਹੁਣ ਡਾਕਟਰ ਸਾਹਿਬ ਦਾ ਵੀ ਐਕਸਪੀਰੀਅੰਸ ਪੁੱਛਾਂਗਾ ਕਿ ਤੁਸੀਂ ਡਾਕਟਰ ਸਾਹਿਬ ਥੋੜਾ ਜਿਹਾ ਤੁਹਾਡੇ ਇਸ ਏਰੀਏ ਦੇ ਵਿੱਚ ਕਿਵੇਂ ਆਪਾਂ ਕਰ ਰਹੇ ਹੈਗੇ ਹਾਂ, ਥੋੜਾ ਜਿਹਾ ਰਿਕੁਐਸਟ ਕਰਾਂਗੇ ਤੁਸੀਂ ਵੀ ਆਪਣੀ ਜਾਣਕਾਰੀ ਦਿਓ ਕਿ ਕਿਸ ਤਰ੍ਹਾਂ ਆਪਾਂ ਸ਼ੁਰੂਆਤ ਕਿਵੇਂ ਕਰਨੀ ਚਾਹੀਦੀ ਹੈ ਸਿੱਧੀ ਬਿਜਾਈ ਦੀ। ਗੱਲ ਇੱਦਾਂ ਕਿ ਆਪਣੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਲਗਭਗ ਇਸ ਵੇਲੇ ਕੋਈ 300 acres ਦੇ ਵਿੱਚ 300 acres ਰਕਬੇ ਵਿੱਚ ਜਿਹੜੀ ਆ ਸਿੱਧੀ ਬਿਜਾਈ ਕੀਤੀ ਜਾ ਚੁੱਕੀ ਆ। ਜਿੱਥੇ 2-3 ਦਿਨਾਂ ਦੇ ਵਿੱਚ ਕਾਫ਼ੀ ਲਾਰਜ ਸਕੇਲ ਚੱਲ ਰਿਹਾ ਕੰਮ। ਤੇ ਉਹਦੇ ਵਿੱਚ ਸਭ ਤੋਂ ਮੇਨ ਗੱਲ ਜਿਹੜਾ ਪਠਾਨਕੋਟ ਜ਼ਿਲ੍ਹੇ ਦੀ ਆਪਾਂ ਗੱਲ ਕਰੀਏ ਤੇ ਜਾਂ ਗੁਰਦਾਸਪੁਰ ਜਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ, ਇਹਦੇ ਵਿੱਚ ਇੱਕ ਜਿਹੜੇ ਤੁਹਾਡੇ ਬੀਡੀ ਰਾਈਸ ਆ ਜਿਹੜੇ ਜੰਗਲੀ ਜਿਹਨੂੰ ਝੋਨਾ ਕਹਿ ਦਿੰਦੇ ਆ ਆਪਾਂ, ਚਾੜਾ ਕਹਿ ਦਿੰਦੇ ਆ, ਸੌਣ ਕਹਿ ਦਿੰਦੇ ਆ, ਉਹਨਾਂ ਜਿਹੜੀਆਂ ਜਿਹਨਾਂ ਪੈਲੀਆਂ ਵਿੱਚ ਜਿਹਨਾਂ ਖੇਤਾਂ ਦੇ ਵਿੱਚ ਇਹ ਪ੍ਰੋਬਲਮ ਹੈਗੀ ਆ, ਉੱਥੇ ਆਪਾਂ ਫਾਰਮਰ ਨੂੰ ਇਹ ਐਡਵਾਈਸ ਕਰ ਰਹੇ ਹਾਂ ਕਿ ਇਹ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਨਾ ਕੀਤੀ ਜਾਵੇ, ਕਿਉਂਕਿ ਉਹ ਮੁੜ ਕੇ ਮਰਦਾ ਹੀ ਨਹੀਂ ਆ ਤੇ ਸਭ ਤੋਂ ਜਿਹੜਾ ਫੇਰ ਕਰ ਦਿੰਦਾ ਵਾ। ਦੂਜੀ ਗੱਲ ਹੈ ਕਿ ਜਿਹੜੀ ਤੁਹਾਡੀ ਲਾਈਟ ਸੋਇਲ ਆ ਜਿਹੜੀ ਤੁਹਾਡੀ ਹਲਕੀਆਂ ਜ਼ਮੀਨਾਂ ਨੇ ਉਹਨਾਂ ਨੂੰ ਇਹ ਐਡਵਾਈਸ ਕੀਤਾ ਜਾ ਰਿਹਾ ਕਿ ਉਹ 'ਚ ਨਹੀਂ ਲਾਉਣੀ ਹੈਗੀ, ਕਿਉਂਕਿ ਸਾਡੇ ਕੋਲ ਬਹੁਤ ਸਾਰਾ ਇਲਾਕਾ ਜਿਹੜਾ ਵਾ ਬਹੁਤ ਹੈਵੀ ਸੋਇਲ ਆ। ਇਸ ਕਰਕੇ ਸਾਨੂੰ ਉਮੀਦ ਆ ਕਿ ਅਸੀਂ ਜਿਹੜਾ ਇਸ ਜਿਹੜੀ ਸਿੱਧੀ ਬਿਜਾਈ ਦੇ ਵਿੱਚ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਬਿਲਕੁਲ ਕਾਮਯਾਬ ਹੋਵਾਂਗੇ, ਕਿਉਂਕਿ ਲਾਸਟ ਈਅਰ ਵੀ ਆਪਾਂ ਕੀਤਾ ਸੀ, ਟਰਾਈ ਕੀਤੀ ਸੀ ਤੇ ਕਾਫ਼ੀ ਵਧੀਆ ਝਾੜ ਵੀ ਯੀਲਡ ਵੀ ਵਧੀਆ ਰਹੀ ਸੀ। ਤੇ ਜਿਹੜਾ ਹੁਣ ਤੱਕ ਸਾਡਾ ਐਕਸਪੀਰੀਅੰਸ ਇਹ ਹੈ ਵੀ ਉਹਦੀ ਜਰਮੀਨੇਸ਼ਨ ਹੈ ਜਿਹੜੇ ਆਪਾਂ ਟਰਾਇਲ ਲਾਏ ਸੀ ਜਿੱਥੇ ਆਪਾਂ ਵੱਖ ਵੱਖ ਜਿਹੜੀਆਂ ਮਸ਼ੀਨਾਂ ਸੀ ਉਹਨਾਂ ਦੀ ਮੋਡੀਫਿਕੇਸ਼ਨ ਕੀਤੀ, ਚਾਹੇ ਉਹ ਜ਼ੀਰੋ ਡਰਿੱਲ ਸੀ ਚਾਹੇ ਦੂਜੀ ਡਰਿੱਲ ਸੀ ਤੇ ਨਾਲ ਲੱਕੀ ਸੀਡਰ ਸੀ, ਜਿੰਨੇ ਆਪਾਂ ਟਰਾਇਲ ਲਾਏ ਸੀ ਉਹਨਾਂ ਦੀ ਜਰਮੀਨੇਸ਼ਨ ਬਹੁਤ ਵਧੀਆ ਹੋਈ ਆ। ਤੇ ਕਈ ਤੇ ਕਈ ਜਗ੍ਹਾ ਦੇ ਉੱਤੇ ਤਾਂ 20 ਦਿਨ ਵੀ ਹੋ ਗਏ, ਕਿਉਂਕਿ 11 ਤਰੀਕ ਨੂੰ ਜਿਹੜਾ ਪਲਾਂਟ ਲੱਗਾ ਸੀ ਟਰਾਇਲ ਆਇਆ ਸੀਗਾ ਤੇ ਉਹ 20 ਦਿਨ ਲਗਭਗ 20 ਦਿਨ ਹੋ ਗਿਆ ਹੁਣ। ਤੇ ਉਹਦੇ ਵਿੱਚ ਇੱਕ ਮਤਲਬ ਜਿਹੜਾ ਨਾ ਨਦੀਨ ਜਿਹੜਾ ਵਾ ਬਿਲਕੁਲ ਨਹੀਂ ਉੱਗਿਆ ਤੇ ਬਹੁਤ ਜਰਮੀਨੇਸ਼ਨ ਬਹੁਤ ਵਧੀਆ ਵਾ, ਗਰੋਥ ਬਹੁਤ ਵਧੀਆ ਵਾ। ਤੇ ਹੁਣ ਜਿਹੜਾ ਅਸੀਂ 20 ਦਿਨਾਂ ਬਾਅਦ ਪਾਣੀ ਜਿਹੜਾ ਵਾ ਉਹਨੂੰ, ਵੈਸੇ ਤਾਂ ਬਾਰਿਸ਼ ਪੈ ਗਈ ਆ ਪਰ ਸਾਡੇ ਇੱਕ ਬਾਰਿਸ਼ ਥੋੜੀ ਘੱਟ ਪਈ ਆ ਐਜ਼ ਕੰਪੈਰੇਟਿਵਲੀ ਬਾਕੀ ਪੰਜਾਬ ਨਾਲੋਂ। ਤੇ ਹੁਣ ਇਹ 20 ਦਿਨਾਂ ਬਾਅਦ ਅਸੀਂ ਉਹਨੂੰ ਪਾਣੀ ਲਾ ਰਹੇ ਹਾਂ। ਸੋ ਇਹ ਜੇ ਆਪਾਂ ਮੁੱਖ ਤੌਰ 'ਤੇ ਦੇਖੀਏ ਤੇ ਸਿੱਧੀ ਬਿਜਾਈ ਦੇ ਵਿੱਚ ਫਾਰਮਰ ਦਾ ਚਾਹੇ ਤਾਂ ਉਹਨੂੰ ਇੱਕ ਕਰੋਨਾ ਜਿਹੜਾ ਵਾਇਰਸ ਆ ਇਹਦੇ ਵਾਸਤੇ ਸਿੱਧੀ ਬਿਜਾਈ ਦੇ ਵਰਦਾਨ ਸਮਝ ਲਈਏ ਵੀ ਇਹ ਇੱਕ ਫਾਰਮਰ ਦੀ ਮਜਬੂਰੀ ਬਣ ਗਈ ਹੈ ਕਿ ਇਹਨੂੰ ਜਿਹੜਾ ਵਾ ਅਸੀਂ ਜਿਹੜਾ ਵਾ ਇਹ ਅਡਾਪਟ ਕਰਨਾ ਵਾ, ਕਿਉਂਕਿ ਅੱਜ ਵੀ ਫਾਰਮਰ ਦੀ ਇਹੀ ਆ ਰਹੀ ਹੈ ਕਿ ਪਿੰਡਾਂ ਦੇ ਵਿੱਚ ਜਿਹੜੀ ਲੇਬਰ ਜਿਹੜੀ ਆ ਉਹ ਬੜੀ ਮਹਿੰਗੀ ਆ ਤੇ ਉਹ ਕਈ ਤੇ ਬ੍ਰੋਡਕਾਸਟ ਮੈਥਡ ਨਾਲ ਵੀ ਜਿਹੜਾ ਵਾ ਉਹ ਇਹ ਕੰਮ ਨੂੰ ਕਰ ਰਹੇ ਆ। ਪਰ ਮੈਂ ਫਾਰਮਰ ਨੂੰ ਇਹ ਐਡਵਾਈਸ ਕਰਦਾ ਕਿ ਜਿਹੜਾ ਤੁਸੀਂ ਤਰਵੱਤਰ 'ਚ ਬੀਜੋ ਜਿਹੜਾ ਮਤਲਬ ਕਿ ਇੱਕ ਖੁਰਦਾ ਪੱਤਰ ਇਹਨੂੰ ਕਹਿ ਦਿੰਦੇ ਆਪਾਂ, ਤੇ ਉਹਦੇ ਉਹ ਵੱਤੋਂ ਤੇ 20 ਦਿਨਾਂ ਬਾਅਦ ਪਾਣੀ ਲਾਓ ਤਾਂ ਕਿ ਜਿਹੜਾ ਨੈਚੁਰਲ ਰਿਸੋਰਸ ਜਿਹੜਾ ਪਾਣੀ ਜਿਹੜੀ ਆ ਇਹਦੀ ਬੱਚਤ ਹੋ ਸਕੇ। ਤੇ ਮੈਂ ਅੱਗੇ ਰਿਕੁਐਸਟ ਕਰਾਂਗਾ ਹੁਸ਼ਿਆਰਪੁਰ ਤੋਂ ਫਾਰਮਰ ਹੈਗੇ ਨੇ ਗੁਰਦਵਿੰਦਰ ਸਿੰਘ ਜੀ, ਤੇ ਮੈਂ ਰਿਕੁਐਸਟ ਕਰਾਂਗਾ ਇਹਨਾਂ ਦਾ ਕੋਈ ਸਵਾਲ ਹੋਵੇ ਤੇ ਇਹ ਵੀ ਆਪਣਾ ਸਵਾਲ ਪੁੱਛ ਸਕਦੇ ਨੇ ਸਿੱਧੀ ਬਿਜਾਈ ਦੇ ਵਾਸਤੇ। ਮੈਂ ਤਕਰੀਬਨ 15 ਕਿੱਲੇ ਦੀ ਖੇਤੀ ਕਰਦਾ ਹਾਂ ਜਿਹਦੇ ਚੋਂ ਇਸ ਸਾਲ ਪਹਿਲੀ ਵਾਰੀ ਮੈਂ ਝੋਨਾ ਬੀਜਿਆ, ਸਿੱਧੀ ਬਿਜਾਈ ਕੀਤੀ ਹੈ। ਉਹ 17 ਮਈ ਨੂੰ ਬੀਜਿਆ ਸੀ ਤੇ ਉਹਦੇ ਵਿੱਚ ਚੌੜੇ ਪੱਤੇ ਦੀ ਤੇ ਡੀਲੇ ਦੀ ਪ੍ਰੋਬਲਮ, ਕਾਲੀ ਗੰਢ ਦਾ ਉਹਦੀ ਪ੍ਰੋਬਲਮ ਚੱਲਦੀ ਵੀ ਉਸ ਤੋਂ ਬਾਅਦ ਸਾਨੂੰ ਥੋੜਾ ਜਿਹਾ ਧਿਆਨ ਦੇਣਾ ਪਊਗਾ ਵੀ ਕਿਸ ਟਾਈਪ ਦੇ ਨਦੀਨ ਨੇ। ਜੇ ਤੇ ਸਾਡੇ ਕੋਲ ਸਵਾਂਕ ਸਵਾਂਕੀ ਆ, ਮੋਥਾ ਹੈ ਤੇ ਈਵਨ ਡੀਲਾ ਆ ਗਿਆ, ਤੇ ਫਿਰ ਆਪਣੀ ਇੱਕ ਨੋਮਨੀ ਗੋਲਡ ਦਵਾਈ ਹੈ ਜਿਹੜੀ 100 ਤੋਂ 120 ml ਕਿੱਲੇ ਦੀ ਆਪਾਂ ਜਿਹੜੀ ਪਾ ਲੈਂਦੇ ਹਾਂ। ਪਰ ਇੱਕ ਗੱਲ ਹੈ ਕਿ ਚਾਹੇ ਝੋਨਾ ਸਿੱਧੀ ਬਿਜਾਈ ਦਾ, ਚਾਹੇ ਆਪਾਂ ਟਰਾਂਸਪਲਾਂਟ ਕੀਤਾ ਕੱਦੂ ਕਰਕੇ ਲਾਇਆ, ਤੇ ਚੌੜੇ ਪੱਤੇ ਜਿਹੜੇ ਆ ਨਾ ਉਹ ਅੱਜ ਦੇ ਸਮੇਂ ਚ ਇੱਕ ਸਾਡੀ ਮੁੱਖ ਸਮੱਸਿਆ ਬਣਦੇ ਜਾ ਰਹੇ। ਮਤਲਬ ਜੋ ਕਣਕ ਵਾਲੇ ਨਦੀਨ ਹਨ ਉਹ ਝੋਨੇ ਵਿੱਚ ਵੀ ਆ ਰਹੇ ਨੇ। ਉਸ ਕੇਸ ਤੁਸੀਂ ਧਿਆਨ ਕਰਨਾ ਹੈ ਵੀ ਆਪਾਂ ਜਾਂ ਤੇ ਐਲਮਿਕਸ ਪਾ ਸਕਦੇ ਹਾਂ 8 ਗ੍ਰਾਮ, ਜਾਂ ਆਪਾਂ ਜਿਹੜੀ ਪੀਮਿਕਸ ਦਵਾਈ ਆ ਉਹ ਪਾ ਸਕਦੇ ਹਾਂ।
ਤੇ ਕੁਝ ਜਗ੍ਹਾ ਤੇ ਸਾਡਾ ਮਧਾਣਾ ਘਾਹ ਜਿਹੜਾ ਹੈ ਉਹ ਨਹੀਂ ਮਰ ਰਿਹਾ ਤੇ ਇੱਕ ਗੱਲ ਜੋ ਮੈਂ ਫੀਲਡ ਵਿੱਚ ਓਬਜ਼ਰਵ ਕੀਤੀ ਹੈ ਵੀ ਅਸੀਂ 3 ਤੋਂ 4 ਪੱਤੇ ਗਿਣਦੇ ਹਾਂ ਪੱਤੇ ਦੀ ਨਦੀਨ ਦੀ ਸਟੇਜ ਗਿਣਦੇ ਹਾਂ ਜਦੋਂ ਤੱਕ ਫਾਰਮਰ ਉਹਨੂੰ ਪਛਾਣ ਪਾਉਂਦਾ ਵੀ ਸਾਡਾ ਨਦੀਨ ਇੰਨਾ ਆ ਗਿਆ ਉਦੋਂ ਉਹਨਾਂ ਨਾਲ ਸਾਡੀ ਸਟੇਜ ਕਾਫੀ ਵੱਡੀ ਹੋ ਜਾਂਦੀ ਹੈ ਸੋ ਫਾਰਮਰ ਨੂੰ ਚਾਹੀਦਾ ਕਿ 10 ਦਿਨਾਂ ਤੋਂ ਬਾਅਦ ਜਦੋਂ ਆਪਾਂ ਬੀਜ ਲਿਆ 10 ਤੋਂ 25 ਦਿਨਾਂ ਦੇ ਵਿੱਚ ਵਿੱਚ ਉਹ ਆਪਣੇ ਖੇਤ ਵਿੱਚ ਨਾ ਡੇਲੀ ਫਿਰੇ ਤਾਂ ਕਿ ਉਹਨੂੰ ਪਤਾ ਲੱਗੇ ਨਦੀਨ ਕਿਸ ਟਾਈਪ ਦੇ ਨੇ ਕਈ ਮੈਂ ਦੇਖਿਆ ਵੀ ਜਿਹੜੇ ਝੋਨੇ ਦੇ ਮੋਤੇ ਨੇ ਨਾ ਸਾਈਪਰਸ ਰੋਟੈਂਡਸ ਜਾਂ ਏਰੀਆ ਜਿਹੜਾ ਆਪਾਂ ਕਹਿ ਦਿੰਦੇ ਛਤਰੀ ਵਾਲਾ ਜਾਂ ਗੰਢ ਵਾਲਾ ਉਹ ਇੱਕੋ ਹੀ ਮੋਥੇ 'ਚ ਹੀ ਗਿਣ ਦਿੰਦੇ ਸਾਰਾ ਕੁਛ ਜੇ ਤੇ ਸਾਡੀ ਸਮੱਸਿਆ ਨੇ ਦੋਵਾਂ ਵਾਸਤੇ ਦਵਾਈਆਂ ਜਿਹੜੀਆਂ ਵੱਖੋ ਵੱਖਰੀਆਂ ਨੇ ਜੇ ਤੇ ਆਪਣਾ ਗੰਢੀ ਵਾਲੇ ਮੋਥੇ ਨੇ ਫਿਰ ਆਪਾਂ ਐਲਮਿਕਸ ਜਾਂ ਫਿਰ ਆਪਾਂ ਜਿਹੜੀ ਉਹ ਸੈਗਮੈਂਟ ਦਵਾਈ ਆ ਉਹ ਰਿਕਮੈਂਡ ਕਰਦੇ ਹਾਂ ਵੀ ਉਹ ਪਾ ਦਿੱਤੀ ਜਾਵੇ 16 ਗ੍ਰਾਮ ਦੇ ਕਰੀਬ ਤੇ ਜੇ ਦੂਸਰੇ ਸਿੰਪਲ ਮੋਥੇ ਹੈਗੇ ਨੇ ਤੇ ਉਹਦੇ ਵਿੱਚ ਆਪਾਂ ਫਿਰ ਜਿਹੜੀ ਨੋਮਨੀਕੋਲ ਦਵਾਈ ਜਿਹੜੀ ਉਹ ਰਿਕਮੈਂਡ ਕਰਦੇ ਹਾਂ ਸੋ ਕਿਸਾਨ ਵੀਰ ਜਿਨ੍ਹਾਂ ਨੇ ਵੀ ਬਾਅਦ ਵਿੱਚ ਪੁੱਛਣਾ ਹੈ ਕਿ 20 ਦਿਨਾਂ ਬਾਅਦ ਆਪਾਂ ਕਿਹੜੀ ਸਪਰੇਅ ਕਰੀਏ ਜਾਂ 15 ਦਿਨਾਂ ਬਾਅਦ ਕਿਹੜੀ ਕਰੀਏ ਉਸ ਕੇਸ 'ਚ ਤੁਸੀਂ ਇਹ ਕਰਨਾ ਹੈ ਕਿ ਤੁਹਾਨੂੰ ਪਤਾ ਹੋਵੇ ਜਾਂ ਤਾਂ ਇੱਦਾਂ ਕਰੋ ਵੀ ਬੂਟੇ ਪੁੱਟ ਕੇ ਸਾਇੰਟਿਸਟ ਕੋਲ ਲੈ ਆਓ ਹਰ ਜ਼ਿਲ੍ਹੇ 'ਚ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਐਗਰੀਕਲਚਰ ਮਹਿਕਮੇ ਬਲਾਕ ਦੇ ਅਫਸਰ ਸਾਰੇ ਪ੍ਰੈਜੈਂਟ ਨੇ FASS ਨੇ ਉਹਦੇ ਨਾਲ ਕੀ ਹੈ ਕਿ ਤੁਹਾਨੂੰ ਅਸੀਂ ਸਹੀ ਦਵਾਈ ਦੱਸ ਸਕਦੇ ਹਾਂ ਵੀ ਤੁਸੀਂ ਕਿਹੜੀ ਪਾਉਣੀ ਹੈ ਕਈ ਕੇਸ 'ਚ ਦੇਖਿਆ ਕਿ ਇੱਕ ਨਾ ਨੋਮਨੀਕੋਲਡ ਮੇਨ ਫੇਵਰੇਟ ਦਵਾਈ ਕਹਿ ਸਕਦੇ ਆਪਾਂ ਇਹਨੇ ਬਹੁਤ ਸੋਹਣਾ ਕੰਟਰੋਲ ਕੀਤਾ ਪਰ ਸਾਡੀ ਸਮੱਸਿਆ ਇਹ ਹੈ ਕਿ ਮਧਾਣਾ ਘਾਹ ਜਿਹੜਾ ਸਾਡਾ ਉਸ ਦਵਾਈ ਦੇ ਨਾਲ ਨਹੀਂ ਮਰਦਾ ਤੇ ਇੱਕ ਦਵਾਈ ਮੈਂ ਤੁਹਾਡੇ ਨਾਲ ਹੋਰ ਸਲਾਹ ਦੱਸਣਾ ਚਾਹੂੰਗੀ ਜਿਹੜੀ ਆਪਣੀ ਬਾਇਰ ਕੰਪਨੀ ਦੀ ਕੌਂਸਲ ਆਈ ਹੈ ਉਹ ਵੀ ਆਪਾਂ ਫਾਰਮਰਸ ਜਿਹੜੀ 10-12 ਦਿਨ ਦਾ ਉਹਦਾ ਟਾਈਮ ਹੈ ਪਰ ਉਹ ਦਵਾਈ ਜੇ ਆਪਾਂ 25 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਕਰਾਂਗੇ ਉਹਦਾ ਅਸਰ ਨਹੀਂ ਹੈ ਪਲੱਸ ਓਨਲੀ ਪਾਣੀ ਖੜਾ ਹੋਣਾ ਚਾਹੀਦਾ ਸੋ ਇਹ ਜਿੰਨੇ ਵੀ ਆਪਣੇ ਨਦੀਨ ਨਾਸ਼ਕ ਨੇ ਇਹਦੀ ਇੱਕ ਪ੍ਰੋਪਰ ਸਟੇਜ ਹੈ ਕਿੰਨੇ ਪੱਤੇ ਹੋਣ ਪਲੱਸ ਤੁਸੀਂ ਪਾਣੀ ਕਿੰਨਾ ਲਾਉਣਾ ਹੈ ਪਾਣੀ ਖੜਾ ਹੋਵੇ ਕਿ ਪਾਣੀ ਨਿਕਲਿਆ ਹੋਣਾ ਚਾਹੀਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਨੂੰ ਬਹੁਤ ਧਿਆਨ ਚ ਰੱਖਣ ਦੀ ਲੋੜ ਹੈ ਜਿਵੇਂ ਇਹਨਾਂ ਨੇ ਦੱਸਿਆ ਕਿ ਸਵਾਂਕ ਹੈ ਸਵਾਂਕੀ ਹੈ ਛਤਰੀ ਵਾਲਾ ਡੀਲਾ ਜਾਂ ਆਮ ਮੋਥੇ ਹੈਗੇ ਨੇ ਤੇ ਉਹਨਾਂ ਦੇ ਵਾਸਤੇ ਆਪਾਂ ਨੋਮਨੀਕੋਲਡ ਆਪਾਂ ਕੀਤੀ ਸਪਰੇਅ ਕਰ ਸਕਦੇ ਹਾਂ 100 ਤੋਂ 120 ਗ੍ਰਾਮ ਇਹਨਾਂ ਨੇ ਇੱਕ ਹੋਰ ਗੱਲ ਕਹੀ ਜਿੱਥੇ ਗੰਢ ਵਾਲਾ ਡੀਲਾ ਜਾਂ ਕੋਈ ਹੋਰ ਜਿਹੜੇ ਦੂਜੇ ਡੀਲੇ ਹੁੰਦੇ ਜਾਂ ਚੌੜੇ ਪੱਤੇ ਵਾਲੇ ਨਦੀਨ ਹੈਗੇ ਨੇ ਪਾਈ ਮਿਕਸ ਤੇ ਐਲਮਿਕਸ ਦੀ ਗੱਲ ਕਰਦੇ ਨੇ ਔਰ ਇਹਦੇ ਨਾਲ ਹੀ ਜੇ ਆਪਾਂ ਮੱਕੜਾ ਮਧਾਣਾ ਦੀ ਗੱਲ ਕਰੀਏ ਇਹ ਬਹੁਤ ਹੀ ਜ਼ਰੂਰੀ ਹੈ ਕਿ ਮੱਕੜੇ ਮਧਾਣੇ ਦੇ ਦਾ ਸਮਾਂ ਜਿਹੜਾ ਹੈਗਾ 2 ਤੋਂ 3 ਪੱਤੀ ਦਾ ਹੁੰਦਿਆਂ ਹੀ ਆਪਾਂ ਨੂੰ ਲਗੇਸੀ ਨਾਂ ਦੀ ਜਿਹੜੀ ਦਵਾਈ ਹੈਗੀ ਹੈ ਉਹਦੀ ਸਪਰੇਅ ਕਰਨੀ ਚਾਹੀਦੀ ਹੈ ਮੈਂ ਸਾਡੇ ਅੰਮ੍ਰਿਤਸਰ ਤੋਂ ਪ੍ਰਭ ਦਿਆਲ ਸਿੰਘ ਜੀ ਫਾਰਮਰ ਹੈਗੇ ਨੇ ਅਸੀਂ ਇਹਨਾਂ ਦਾ ਵੀ ਐਕਸਪੀਰੀਅੰਸ ਲੈਂਦੇ ਹਾਂ ਕਿ ਇਹ ਕੀ ਕਹਿਣਾ ਚਾਹੁੰਦੇ ਨੇ ਸਿੱਧੀ ਬਿਜਾਈ ਦੇ ਸਿੱਧੀ ਬਿਜਾਈ ਵਾਸਤੇ ਪ੍ਰਭ ਦਿਆਲ ਸਿੰਘ ਜੀ ਸਤਿ ਸ਼੍ਰੀ ਅਕਾਲ ਨੋਮਨੀਕੋਲਡ ਯੂਜ਼ ਕਰਨ ਨੂੰ ਬਾਅਦ ਹੀ ਨਦੀਨਾਂ ਦੇ ਕਹੋ ਨਹੀਂ ਕਰੋ ਕਾਬੂ ਪਾ ਸਕੇ ਅਸੀਂ ਇਸ ਵਾਰ ਜੀ ਹੁਣ ਜੀ ਨਵੇਂ ਫੜ ਹੈਗਾ 16-17 ਦਿਨ ਦਾ ਹੋ ਗਿਆ ਕਿਸਾਨ ਕੀਤੇ ਜੀ ਬਸ 20 ਦਿਨ ਤੋਂ ਬਾਅਦ 22 ਦਿਨ ਤੋਂ ਬਾਅਦ ਅਸੀਂ ਸ਼ੁਰੂ ਕਰ ਰਹੇ ਹਾਂ ਜੀ ਤੁਹਾਡੀ ਆਰਪੀਆਈ ਕੰਪਨੀ ਦੇ ਸ਼ੁਰੂ ਕਰਕੇ ਨੋਮਨੀਕੋਲਡ ਤੇ ਪਾਈਮਿਕਸ ਕਰ ਰਹੇ ਹਾਂ ਇੱਕ ਉਹ ਮਧਾਣੇ ਦੀ ਪ੍ਰੋਬਲਮ ਆਉਂਦੀ ਹੈ ਜੀ ਜ਼ਿਆਦਾ ਡਾਕਟਰ ਸਾਹਿਬ ਤੋਂ ਜਾਣਾ ਹੈ ਡਾਕਟਰ ਅਮਰੀਕ ਸਿੰਘ ਜੀ ਆਪਾਂ ਤੁਸੀਂ ਕੋਈ ਐਕਸਪੀਰੀਅੰਸ ਦੱਸੋ ਜੀ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ ਇਹਦੀ ਗੱਲ ਇਦਾਂ ਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਫਾਰਮਰ ਨੂੰ ਇਹ ਦੇਖਣਾ ਪਊਗਾ ਵੀ ਨਦੀਨ ਦੀ ਟਾਈਪ ਕਿਹੜੀ ਕਿਹੜੀ ਆ ਕਿਉਂਕਿ 90% ਜਿਹੜੀ ਆ ਉਹ ਸਟੋਂਪ ਤੇ ਪਲੱਸ ਜਿਹੜੀ ਤੁਹਾਡੀ ਆ ਰੈਜ਼ੋ ਸਲਫੋਰੋਨ ਜਿਹੜੀ ਆ ਉਹ ਖਤਮ ਕਰ ਦਿੰਦੀ ਆ ਹੈ ਨਾ ਜੀ 90-95 ਬਾਕੀ ਜਿਹੜੇ ਰਹਿ ਗਏ ਆ ਉਹ ਦੇਖਣਾ ਵਾ 20 ਦਿਨਾਂ ਬਾਅਦ ਜਾਂ 15 ਦਿਨ ਬਾਅਦ ਵੀ ਕਿਹੜੇ ਰਹਿ ਗਏ ਆ ਜੇ ਤੇ ਉਹ ਮੋਥੇ ਹੈਗੇ ਆ ਮੋਥਾ ਜਿੱਦਾਂ ਪਹਿਲਾਂ ਗੱਲ ਕਰ ਰਹੇ ਆ ਵੀ ਮੋਥੇ ਦੀ ਪ੍ਰੋਬਲਮ ਆ ਤੇ ਫਿਰ 15-16 ਦਿਨ ਦੇ ਬਾਅਦ ਅਸੀਂ ਸੈਗਮੈਂਟ ਪਾ ਸਕਦੇ ਹਾਂ ਐਲਮਿਕਸ ਵੀ ਪਾ ਸਕਦੇ ਹਾਂ ਜੇਕਰ ਤੁਹਾਡਾ ਸਵਾਂਕ ਰਹਿ ਗਿਆ ਤੇ ਫਿਰ ਆਪਾਂ ਨੋਮਨੀਕੋਲਡ ਦੀ ਸਪਰੇ ਕਰਦੇ ਆ 20 ਦਿਨਾਂ ਬਾਅਦ ਜੇ ਤੁਹਾਡਾ ਮਧਾਣਾ ਵਾ ਗੁੜਤ ਮਧਾਣਾ ਵਾ ਚੀਨੀ ਘਾਹ ਵਾ ਜਾਂ ਤੁਹਾਡਾ ਕਿਹਨੂੰ ਕਹਿੰਦੇ ਇੱਕ ਹੋਰ ਘਾਹ ਆ ਚਿੜੀਆਂ ਦਾਣਾ ਇਹ ਜੇ ਇਹ ਆ ਤੇ ਫਿਰ ਅਸੀਂ ਰਾਈਸਟਾਰ ਦਵਾਈ ਜਿਹੜੀ ਆ 400 ਗ੍ਰਾਮ ਦਵਾਈ ਜਿਹੜੀ ਆ ਇਹ ਆਪਾਂ ਪਾ ਕੇ ਉਹ ਮਧਾਣਾ ਬਹੁਤ ਵਧੀਆ ਕੰਟਰੋਲ ਕਰ ਦਿੰਦੀ ਆ ਬਸ਼ਰਤੇ ਕਿ ਆਪਾਂ 20 ਤੋਂ ਲੈ ਕੇ 25 ਦਿਨਾਂ ਦੇ ਵਿੱਚ ਆਪਾਂ ਸਪਰੇਅ ਕਰ ਦਈਏ ਉਹਦੀ ਮੈਂ ਤੇ ਕਹੂੰਗੀ ਬੀ ਉਂਗਰਿਆ ਨਾ ਹੋਵੇ ਸਾਡੇ ਬਹੁਤ ਸਾਰੇ ਫਾਰਮਰ ਉਹ ਕਹਿੰਦੇ ਨੇ ਵੀ ਬੀ ਪੁੰਗਾਰ ਕੇ ਬੀਜਣਾ ਚਾਹੀਦਾ ਪਰ ਮੈਨੂੰ ਇਸ ਗੱਲ ਦਾ ਆਉਂਦਾ ਵੀ ਜਦੋਂ ਇਹ ਪੁੰਗਾਰਿਆ ਹੋਇਆ ਬੀ ਬੀਜਦੇ ਨੇ ਨਾ ਚਲੋ ਸਿਫਾਰਿਸ਼ ਤਾਂ ਹੈਗੀ ਆ ਬਟ ਉਹਦੇ ਵਿੱਚ ਕੀ ਹੁੰਦਾ ਕਿ ਜੇ ਪਾਣੀ ਟਾਈਮ ਨਾਲ ਲੱਗੇ ਤੇ ਉਹ ਜਿਹੜਾ ਪੁੰਗਾਰਿਆ ਹੋਇਆ ਬੀ ਆ ਉਹਦੀ ਜਰਮੀਨੇਸ਼ਨ ਤੇ ਇਫੈਕਟ ਪੈ ਜਾਂਦਾ ਸੋ ਜੇ ਤੁਹਾਨੂੰ ਲੱਗਦਾ ਤੁਸੀਂ ਲੇਟ ਹੋ ਰਹੇ ਹੋ ਤੇ ਤੁਸੀਂ ਆਪਣਾ
कुछ घंटे ते 5 to 6 घंटे जिहड़ा बीओ तुसीं भेज सकदे हो दवाई लगाउण वास्ते। अपनी जिहड़ी भी दवाई लगानी है ओह पहिलां तुहानूं पता वे झोना ला रहे हो कि तुसीं दूसरा लगा रहे हो। जो भी तुसीं बी लगाना है जो बीजना है उहदे विच साडी इक नवीं दवाई आई हुई है उहनूं आपां स्प्रिंट नाम दी दवाई है 3 ग्राम स्प्रिंट 75 WS जिहड़ी है उह आपां 10 to 12 ml पानी विच घोल के 8 किलो बी मस्की उहदी सिफारिश करदे हां। ठीक है जी, ओनू तुसी ला सकते हो पर मेरी तुहानू सारयां नू इह जरूर सलाह है कि बी नू पुंगार के जिहड़ा वा ना ओह ड्रिल ना करियो, क्योंकि जे तुहाडे कोल सही समय ते पानी ना दित्ता गया तो ओहदी जर्मिनेशन ते जिहड़ा वा ओह इफेक्ट पै सकदा है। अगर पुंगार के बीज रहे हैं और छिट्टा मारेंगे जिहड़ा बीज उपर आ जाऊगा वो तो सारा ही खराब हो जाऊगा ना, क्योंकि टेम्परेचर हाई है तो हाई टेम्परेचर ते वो जर्मिनेट करूगा ही नहीं, खराब हो जाऊगा, वो भी एक लॉस होगा ना फार्मर नु अगर छिट्टा मार दा। बी नु भिओ के जिवें मैडम भी कह रहे ने, डॉक्टर साहब भी कह रहे ने, बी नु 8 तो 10 घंटे भिओ के फिर ओनु सका के दवाई ला के सका के ता फिर अपा ने ओनु ड्रिल दे विच केरना हैगा कि ये ख्याल रखना है कि उंगरिया ना होए, जो उंगर देगा तो ड्रिल च जो आपा चलावांगे उदों ही प्रॉब्लम आ जांदी है, समस्या आ जांदी हैगी है कि ओदी जिहड़ी उंगारा हुंदा है वो टुट जांदा है। ਨਾਲ ਹੀ ਨਾਲ ਜੇ ਪਾਣੀ ਤੁਸੀਂ ਲੇਟ ਲਾਤਾ, ਸਪੋਜ਼ ਕਰੋ ਤੁਸੀਂ ਸੁੱਕੇ ਦੇ ਵਿੱਚ ਬਿਜਾਈ ਕਰਤੀ ਹੈ ਔਰ ਉਸ ਤੋਂ ਬਾਅਦ ਪਾਣੀ ਲੇਟ ਲੱਗਾ ਤੇ ਜਿਹੜਾ ਪੰਗਾਰਾ ਹੁੰਦਾ ਵਾ ਉਹ ਸੁੱਕ ਜਾਏਗਾ ਤਾਂ ਫਿਰ ਉਹ ਜਰਮੀਨੇਟ ਨਹੀਂ ਹੋਏਗਾ, ਤੁਹਾਡੀ ਜਰਮੀਨੇਸ਼ਨ ਜਿਹੜੀ ਹੈ ਉਹ ਪੂਰ ਮਤਲਬ ਘੱਟ ਜਾਏਗੀ। ਇਸ ਕਰਕੇ ਇਹ ਧਿਆਨ ਯੋਗ ਗੱਲਾਂ ਜਿਹੜੀਆਂ ਹੈਗੀਆਂ ਨੇ ਬਹੁਤ ਜ਼ਰੂਰੀ ਨੇ ਕਿ ਆਪਾਂ ਨੂੰ ਧਿਆਨ ਰੱਖਣ ਯੋਗ ਹੈਗਾ ਕਿ ਮਤਲਬ ਵੀ ਅਸੀਂ 8 to 10 ਘੰਟੇ ਉਹਨੂੰ ਭਿਓ ਲਓ, ਭਿਓ ਕੇ ਸੁਕਾ ਕੇ ਦਵਾਈ ਲਾ ਕੇ ਤੇ ਉਸ ਨੂੰ ਆਪਾਂ ਬਜਾਈ ਕੀਤੀ ਜਾ ਸਕਦੀ ਹੈ, ਡਰਿਲ ਦੇ ਨਾਲ ਕਿਰਿਆ ਜਾ ਸਕਦਾ ਹੈਗਾ। ਡਾਕਟਰ ਸਾਹਿਬ ਕੋਲ ਰਿਕੁਐਸਟ ਕਰਾਂਗਾ ਕਿ ਉਹ ਥੋੜਾ ਫਰਟੀਲਾਈਜ਼ਰ ਦੇ ਬਾਰੇ ਵੀ ਸਾਨੂੰ ਦੱਸਣ ਤਾਂ ਜੋ ਆਪਾਂ ਫਰਟੀਲਾਈਜ਼ਰ ਕਿਹੜੇ ਕਿਹੜੇ ਫਰਟੀਲਾਈਜ਼ਰ ਜਿਹੜੇ ਹੈਗੇ ਨੇ ਉਹਨਾਂ ਨੂੰ ਵਰਤੋਂ ਕਰਕੇ ਅਸੀਂ ਉਸ ਤੋਂ ਬੈਨੀਫਿਟ ਉਠਾ ਸਕਦੇ ਨੇ। ਖਾਦਾਂ ਜਿੱਦਾਂ ਅਸੀਂ ਝੋਨੇ ਦੇ ਵਿੱਚ ਜਿਹੜੀ ਆ ਉਹ 130 ਕਿਲੋ ਯੂਰੀਆ ਜਿਹੜੀ ਆ ਉਹ ਸਿਫਾਰਿਸ਼ ਕਰਦੇ ਹਾਂ ਔਰ 130 ਕਿਲੋ ਯੂਰੀਆ ਜਿਹੜੀ ਅਸੀਂ 3 ਹਿੱਸਿਆਂ ਵਿੱਚ ਕਹਿੰਦੇ ਹਾਂ ਵੀ ਬਿਜਾਈ ਤੋਂ 4, 6 ਤੇ 9 ਹਫ਼ਤਿਆਂ ਤੋਂ ਬਾਅਦ ਪਾਉਣੀ ਆ। ਪਰ ਕਈ ਥਾਵਾਂ ਤੇ ਕੀ ਦੇਖਿਆ ਵੀ DAP ਵੀ ਜਿਹੜੀ ਉਹ ਡਰਿਲ ਕੀਤੀ ਜਾ ਰਹੀ ਹੈ ਨਾਲ ਉਹਦੇ ਲੱਗਦੀ। ਜੇ ਤੁਸੀਂ ਕਣਕ ਨੂੰ ਪ੍ਰੋਪਰ DAP ਪਾਈ ਹੈ ਫਿਰ ਆਪਾਂ ਝੋਨੇ ਨੂੰ ਜਿਹੜੀ ਉਹ ਸਿਫਾਰਿਸ਼ ਨਹੀਂ ਕਰਦੇ। ਦੂਜਾ ਇਹ ਹੈ ਕਿ ਕਿਸਾਨ ਵੀਰਾਂ ਨੂੰ ਆਪਣੇ ਖੇਤ ਦਾ ਪਤਾ ਹੋਣਾ ਚਾਹੀਦਾ। ਅਸੀਂ ਤੇ ਜੋ ਸਾਡੀ ਸਿਫਾਰਿਸ਼ ਹੈਗੀ ਹੈ ਉਹ ਹਿਸਾਬ ਨਾਲ ਤੁਹਾਨੂੰ ਦੱਸ ਦਾਂਗੇ ਵੀ ਤੁਸੀਂ ਜਿਵੇਂ 130 ਕਿਲੋ ਯੂਰੀਆ ਪਾਉਣੀ ਆ ਤਕਰੀਬਨ ਇਹ 40 ਕਿਲੋ ਦੀ ਇੱਕ ਕਿਸ਼ਤ ਬਣ ਜਾਂਦੀ ਹੈ ਵੀ ਮਹੀਨੇ ਬਾਅਦ 40 ਕਿਲੋ ਪਾ ਦਿਓ, ਫਿਰ ਉਸ ਤੋਂ 1.5 ਮਹੀਨੇ ਬਾਅਦ ਤੇ ਫਿਰ 9 ਹਫ਼ਤਿਆਂ ਬਾਅਦ ਜਿਹੜਾ ਆਪਾਂ ਪਾ ਦਿੰਦੇ ਹਾਂ। ਪਰ ਤੁਸੀਂ ਆਪਣੀ ਖੇਤ ਦਾ ਹਾਲਾਤ ਦੇਖੋ ਵੀ ਜੇ ਤੇ ਤੁਹਾਡਾ ਥੋੜਾ ਬਹੁਤਾ ਤੁਹਾਨੂੰ ਲੱਗਦਾ ਹੈ ਕਿ ਕਿਸੇ ਥਾਂ ਤੇ ਖੇਤ ਥੋੜਾ ਮਾੜਾ ਹੈ ਤਾਂ ਤੁਸੀਂ ਇਹ ਖਾਦ ਉਹ ਲੋੜ ਮੁਤਾਬਕ ਵਧਾ ਸਕਦੇ ਹੋ। ਤੁਸੀਂ ਅੱਗੇ ਮੈਂ ਪਹਿਲਾਂ ਇੱਕ ਗੱਲ ਦੱਸਣਾ ਭੁੱਲ ਗਈ ਸੀ ਕਿ ਜਦੋਂ ਤੁਸੀਂ ਬਿਜਾਈ ਕਰਨੀ ਹੈ ਨਾ ਸਿੱਧੀ ਬਿਜਾਈ ਤੇ ਤੁਹਾਡਾ ਖੇਤ ਜਿਹੜਾ ਉਹ ਲੇਜ਼ਰ ਲੈਵਲਰ ਤੋਂ ਹੋਇਆ ਹੋਣਾ ਚਾਹੀਦਾ ਹੈ। ਇਹ ਇਸ ਚੀਜ਼ ਦੀ ਜਿਹੜੀ ਆ ਮੇਨ ਰਿਕੁਆਇਰਮੈਂਟ ਹੈ, ਜਿੱਥੇ ਪਾਣੀ ਸਾਡਾ ਫਲੋ ਗਿਆ ਉੱਥੇ ਸਾਡਾ ਇਹ ਜਿਹੜਾ ਬੀ ਖਰਾਬ ਹੋ ਜਾਣਾ ਹੈ। ਤੇ ਦੂਸਰਾ ਸਿੱਧੀ ਬਿਜਾਈ ਲਈ ਜਿਵੇਂ ਸਾਡਾ ਆਪਾਂ ਦਾਲਾਂ ਦੇ ਵਿੱਚ ਗ੍ਰਾਸਟ ਕਰਦੇ ਜਾਂ ਸਰੋਂ ਵਗੈਰਾ ਕਰੀਏ ਤੇ ਕਿਸਾਨ ਵੀਰ ਉਹ ਖੇਤ ਲੈ ਲੈਂਦੇ ਨੇ ਵੀ ਜਿਹੜੇ ਤੇ ਕੁਛ ਨੀ ਹੁੰਦਾ। ਸੋ ਜੇ ਤੁਸੀਂ ਪਹਿਲੀ ਵਾਰੀ ਸਿੱਧੀ ਬਿਜਾਈ ਕਰਨੀ ਹੈ ਨਾ ਤੇ ਚੰਗਾ ਖੇਤ ਚੁਣਨਾ ਹੈ ਜਿਹਦੇ ਚ ਨਦੀਨ ਘੱਟ ਹੋਣ, ਜਿਹਦੇ ਚ ਤੁਹਾਨੂੰ ਪਤਾ ਹੋਵੇ ਵੀ ਚੋਬੇ ਦੀ ਸਮੱਸਿਆ ਵੀ ਨਹੀਂ ਹੈਗੀ। ਤੇ ਦੂਜੀ ਗੱਲ 130 ਕਿਲੋ ਖਾਦ ਤੇ ਹੋ ਗਈ, ਉਸ ਤੋਂ ਬਾਅਦ ਜਿਹੜੇ ਮਾਰਕੀਟ ਦੇ ਵਿੱਚ ਬਹੁਤ ਸਾਰੇ ਬਾਇਓ ਫਰਟੀਲਾਈਜ਼ਰਸ ਬੜਾ ਕੁਛ ਹੈਗਾ ਹੈ, ਉਹਨਾਂ ਦੇ ਮਗਰ ਜਾਣ ਦੀ ਲੋੜ ਨਹੀਂ ਹੈਗੀ। ਸ਼ੁਰੂ ਸ਼ੁਰੂ ਚ ਝੋਨਾ ਥੋੜਾ ਛੋਟਾ ਨਜ਼ਰ ਆਉਂਦਾ ਹੈ ਬਟ ਬਾਅਦ ਵਿੱਚ ਸਾਰੇ ਦੂਜੇ ਟਰਾਂਸਪਲਾਂਟ ਕਦੋਂ ਕਰਕੇ ਬੀਜੇ ਦੇ ਬਰਾਬਰ ਪਹੁੰਚ ਜਾਂਦਾ। ਉਹਨੂੰ ਵਧਾਉਣ ਵਾਸਤੇ ਅਸੀਂ ਨਾ ਇਹਦੇ ਵਿੱਚ ਹੋਰ ਬਾਜ਼ਾਰੋਂ ਲੈ ਕੇ ਨਿਕਸੁਕ ਨਹੀਂ ਪਾਉਣਾ, ਬਸ ਇੰਨਾ ਕੁ ਰੱਖਣਾ। ਬਾਕੀ ਕੋਈ ਗੱਲ ਨਹੀਂ ਹੈ ਕਿ ਸਾਰੇ ਥਾਵਾਂ ਤੇ ਤੁਹਾਨੂੰ ਅੱਗੇ ਵੀ ਯੂਨੀਵਰਸਿਟੀ ਵਾਲੇ ਜਾਂ ਐਗਰੀਕਲਚਰ ਡਿਪਾਰਟਮੈਂਟ ਹਾਜ਼ਰ ਨੇ ਤੇ ਇਹਨੂੰ ਸ਼ੁਰੂ ਚ ਦੇਖ ਕੇ ਤੁਸੀਂ ਘਬਰਾਉਣਾ ਨਹੀਂ ਹੈ ਵੀ ਇਹਦੀ ਹਾਈਟ ਵੀ ਹੋ ਰਹੀ ਜਾਂ ਇਹ ਛੋਟਾ ਲੱਗ ਰਿਹਾ ਹੈ। ਮੈਮ ਮੇਰੇ ਫਾਰਮ ਤੁਹਾਡੇ ਲੱਗੇ ਹੀ ਆ, ਤੁਹਾਡੇ KVK ਨਾਕਲਾ ਦੇ ਨੇੜੇ ਪਨੂਰੀ ਆ। ਤੇ ਨਦੀਨਾਂ ਦੀ ਸਮੱਸਿਆ ਜੀ ਮੈਨੂੰ ਪਿਛਲੇ ਸਾਲ ਵੀ ਅਸੀਂ ਕੀਤਾ ਸੀ ਤੇ ਝਾੜ ਤਾਂ ਸਾਡਾ ਵਧੀਆ ਰਿਹਾ ਪਿਛਲੇ ਸਾਲ ਦੀ ਤਜਰਬਾ ਤੁਹਾਡਾ ਠੀਕ ਰਿਹਾ ਆ। ਸਿਰਫ ਨਦੀਨਾਂ ਦੀ ਪ੍ਰੋਬਲਮ ਆਉਂਦੀ ਹੈ ਤੇ ਜਿਹੜੀ ਬਿਜਾਈ ਆਪਾਂ ਸਿੱਧੀ ਕਰਦੇ ਆ ਇੱਕ ਤਾਂ ਤਰ ਬੱਤਰ ਚ ਕਰਦੇ ਆ ਤੇ ਇੱਕ ਬਾਅਦ ਚ ਪਾਣੀ ਲਗਾ ਕੇ ਕਰਦੇ ਆ ਤੇ ਇਹਦੇ ਵਿੱਚ ਜ਼ਿਆਦਾ ਝਾੜ ਕਿਹੜੇ ਬਿਜਾਈ ਦੇ ਵਿੱਚ ਆਉਂਦਾ ਤੇ ਦੂਜਾ ਜਿਹੜਾ ਘਾਹ ਹੁੰਦਾ ਨਦੀਨ ਹੁੰਦੇ ਆ ਉਹ ਕਿਹੜੇ ਉਹਦੇ ਵਿੱਚ ਜ਼ਿਆਦਾ ਕੰਟਰੋਲ ਹੁੰਦੇ ਆ ਤਾਂ ਕਿ ਸਾਨੂੰ ਵੀ ਇਹਦੀ ਡੂੰਘਾਈ ਨਾਲ ਪਤਾ ਲੱਗ ਸਕੇ ਕਿਉਂਕਿ ਕਰ ਤਾਂ ਮੈਂ ਵੀ ਰਿਹਾ 2-3 ਸਾਲ ਤੋਂ ਪਰ ਜਿਹੜਾ ਤਜਰਬਾ ਜ਼ਿਆਦਾ ਸਾਰੇ ਪੰਜਾਬ ਦੇ ਜ਼ਿਮੀਂਦਾਰਾਂ ਦਾ ਉਹ ਸਾਂਝਾ ਤੁਹਾਡੇ ਦੁਆਰਾ ਹੀ ਹੋ ਸਕਦਾ।
ਜਿੰਨੀ ਸਿੱਧੀ ਬਿਜਾਈ ਸੁੱਕੀ ਬਿਜਾਈ ਹੈ ਜਾਂ ਗਿੱਲੀ ਬਿਜਾਈ ਹੈ, ਜਿੰਨੇ ਨਵੀਨ ਆਪਣੀ ਪੈਂਡੀਮੈਥਲਿਨ ਟਾਈਮ ਸਿਰ ਬਾਲੀ ਸਹੀ ਤਰੀਕੇ ਨਾਲ ਬਾਲੀ, ਉਹਦਾ ਝਾੜ ਵੱਧਦਾ। ਜਿਹੜਾ ਪਹਿਲੀ ਸਟੇਜ ਸਪਰੇ ਜਿਹੜਾ ਮਿਸ ਕਰ ਗਿਆ ਜਾਂ ਉਹਦੀ ਖਰਾਬ ਹੋ ਗਈ, ਉਹਨੂੰ ਫਿਰ ਨਦੀਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਤੁਹਾਨੂੰ ਪਤਾ ਹੈ ਜੇ ਨਦੀਨ ਜ਼ਿਆਦਾ ਨੇ ਤਾਂ ਫਿਰ ਝਾੜ ਵੀ ਅਲਟੀਮੇਟਲੀ ਘੱਟ ਜਾਂਦਾ ਹੈ। ਦੋਨੋਂ ਤਰ੍ਹਾਂ ਦੀ ਬਿਜਾਈ ਦੇ ਵਿੱਚ ਝਾੜ ਦੇ ਵਿੱਚ ਸਿਰਫ ਨਦੀਨ ਦੀ ਰੋਕਥਾਮ ਜਿਹੜੀ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ ਕਿ ਉਹਨੂੰ ਅਸੀਂ ਅਗਰ ਨਦੀਨਾਂ ਦੀ ਰੋਕਥਾਮ ਪੂਰੀ ਕਰ ਲਈ, ਸਹੀ ਤਰੀਕੇ ਨਾਲ ਕਰ ਲਈ, ਤਾਂ ਸਾਡਾ ਸਿੱਧੀ ਬਿਜਾਈ ਜਿਹੜੀ ਹੈ ਉਹ ਸਿਰੇ ਚੜ ਜਾਏਗੀ। ਅੱਛਾ, ਇੱਕ ਗੱਲ ਏਦਾਂ ਕਿ ਜਿਹੜੀ ਆਪਾਂ ਬੱਤਰ ਤਰ ਬੱਤਰ ਚ ਬੀਜਦੇ ਹਾਂ ਜਾਂ ਜਿਹੜੀ ਸੁੱਕੀ ਚ, ਦੋਵਾਂ ਚ ਫਰਕ ਹੈ? ਇੱਕ ਚਲੋ ਉਹ ਤਾਂ ਹੈ ਹੀ ਆ ਵੀ ਨਦੀਨ ਜਿਹੜੇ ਆ ਉਹ ਜਿਹੜਾ ਕੰਟਰੋਲ ਕਰ ਗਿਆ ਠੀਕ ਹੈ, ਬਟ ਜਿਹੜੀ ਆਪਾਂ 20 ਦਿਨ ਬਾਅਦ ਪਾਣੀ ਲਾ ਰਹੇ ਹਾਂ ਉਹਦੇ ਚ ਪਾਣੀ ਕਿੰਨੇ ਬਚ ਰਿਹਾ ਡੇ? ਬਿਲਕੁਲ, ਉਹਦੀ ਰੂਟ ਸਿਸਟਮ ਕਿੰਨਾ ਡਿਵੈਲਪ ਹੋਊਗਾ, ਕਿੰਨੀ ਇਨਟੈਕ ਲਊਗਾ ਉਹ ਜਣਾ ਜੀ, ਇਹ ਇਹ ਫੈਕਟਰ ਨੇ, ਕਿਉਂਕਿ ਉਹ ਜਿਹੜੀ ਤਰ ਬੱਤਰ ਚ ਜ਼ਿਆਦਾ ਇੰਪੋਰਟੈਂਟ ਹੈ ਕਿ ਉਹਨੂੰ ਆਪਾਂ ਜ਼ਿਆਦਾ ਉਹ ਸਹੀ ਰਹੇਗੀ, ਕਿਉਂਕਿ ਉਹਦੇ ਨਦੀਨ ਵੀ ਘੱਟ ਹੋਣਗੇ, ਕਿਉਂਕਿ 20 ਦਿਨ ਬਾਅਦ ਪਾਣੀ ਲਾ ਰਹੇ ਹਾਂ। ਹੁਣ ਬਾਰਿਸ਼ ਤਾਂ ਹੋ ਗਈ ਹੈ, ਕਿਹਦੀ ਕੋਈ 4-5 ਦਿਨਾਂ ਬਾਅਦ ਬਾਰਿਸ਼ ਹੋ ਗਈ, ਕਿਸੇ 10 ਦਿਨ ਬਾਅਦ ਬਾਰਿਸ਼ ਹੋ ਗਈ ਹੈ, ਜਿਹੜੀ ਬਾਰਿਸ਼ ਹੋਈ ਹੈ, ਮਤਲਬ ਕਿ ਹੋ ਸਕਦਾ ਕਿ ਬਿਜਾਈ ਨੂੰ 10 ਦਿਨ ਹੋਏ ਹੋਣ, ਕੋਈ 5 ਦਿਨ ਹੋਏ ਹੋਣ, ਬਟ ਉਹ ਜਿਹੜੀ ਸਾਡੀ ਰੂਟ ਸਿਸਟਮ ਜਿਹੜਾ ਵਾ ਉਹ ਜਿੰਨਾ ਉਹ ਜਿੰਨਾ ਘੱਟ ਪਾਣੀ ਮਿਲੂਗਾ ਓਨਾ ਡੀਪ ਜਾਊਗਾ, ਤੇ ਡੀਪ ਜਾਣ ਦੇ ਨਾਲ ਉਹਦੀ ਜਿਹੜੀ ਆ ਉਹ ਜਿਹੜੀ ਡ੍ਰਿਲਿੰਗ ਵੀ ਜ਼ਿਆਦਾ ਹੋਏਗੀ ਤੇ ਜਿਹੜਾ ਯੀਲਡ ਵੀ ਫਰਕ ਪਏਗਾ। ਸੋ 20 ਦਿਨਾਂ ਵਾਲੀ ਜਿਹੜੀ ਪਾਣੀ ਜਿਹੜਾ ਵਾ ਉਹ ਜ਼ਿਆਦਾ ਝਾੜ ਦੇ ਸਕਦਾ ਵਾ। ਜਿਵੇਂ ਤਰ ਬੱਤਰ ਦੀ ਗੱਲ ਕਰਦੇ ਹਾਂ ਤਾਂ ਆਪਾਂ ਪਹਿਲਾਂ ਪਾਣੀ ਲਾ ਕੇ ਕਰਦੇ ਹਾਂ, ਉਹਦੇ ਵਿੱਚ ਨਦੀਨ ਸ਼ੁਰੂ ਚ ਵੀ ਨਿਕਲ ਆਉਂਦੇ ਆ ਤੇ ਜਦੋਂ ਅਸੀਂ ਬਿਜਾਈ ਕਰਦੇ ਹਾਂ ਉਦੋਂ ਵੀ ਨਦੀਨ ਖਤਮ ਹੋ ਜਾਂਦੇ ਨੇ, ਔਰ ਨਾਲ ਹੀ ਨਾਲ ਕਈ ਵਾਰੀ ਤੁਸੀਂ ਜਿੱਥੇ ਵਰਾਇਟੀ ਚੇਂਜ ਹੋ ਜਾਂਦੀ ਹੈ ਉੱਥੇ ਪੁਰਾਣਾ ਝੋਨਾ ਵੀ ਨਿਕਲ ਆਉਂਦਾ ਹੈ, ਤੇ ਤਰ ਬੱਤਰ ਦੇ ਅਗਰ ਕਰਦੇ ਹਾਂ ਤੇ ਉਹ ਵੀ ਕੁਛ ਨਿਕਲ ਆਉਂਦਾ ਹੈ, ਤੇ ਜਿਹਦੇ ਨਾਲ ਉਹਦੀ ਵੀ ਸਮੱਸਿਆ ਜਿਹੜੀ ਹੈ ਘੱਟ ਜਾਂਦੀ ਹੈ ਜੀ, ਜਿਹਨੂੰ ਚੋਭਾ ਵਗੈਰਾ ਪਾ ਕੇ ਰੱਖਦੇ ਹਾਂ ਤੇ ਵਰਾਇਟੀਆਂ ਮਿਕਸ ਹੋ ਜਾਂਦੀਆਂ ਹੈਗੀਆਂ ਨੇ। ਤੇ ਇਸ ਕਰਕੇ ਤਰ ਬੱਤਰ ਦੇ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਇਹ ਜਿਹੜੀ ਪਦਤੀ ਹੈਗੀ ਹੈ ਇਹ ਪਿਛਲੇ ਸਾਲ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵੱਲੋਂ ਦਿੱਤੀ ਗਈ ਹੈ ਤੇ ਇਹ ਸਿਫਾਰਸ਼ ਕੀਤੀ ਗਈ ਹੈ, ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਬਹੁਤ ਵੱਡਾ, ਮਤਲਬ ਸਾਨੂੰ ਲੱਗਦਾ ਹੈ ਕਿ ਇਹ ਬਹੁਤ ਵਧੀਆ ਰਹੇਗਾ। ਇਹਦੇ ਨਾਲ ਪਾਣੀ ਦੀ ਬਚਤ ਬਹੁਤ ਹੈ, ਕਿਉਂਕਿ 21 ਪਹਿਲਾ ਪਾਣੀ ਲਾਉਣ ਤੋਂ ਬਾਅਦ ਦੂਜਾ ਪਾਣੀ ਜਿਹੜਾ 21 ਦਿਨ ਬਾਅਦ ਲਾਉਣਾ, ਔਰ ਉਹਨਾਂ ਦਰਮਿਆਨ ਝੋਨੇ ਦੀਆਂ ਜਿਹੜੀਆਂ ਜੜ੍ਹਾਂ ਹੈਗੀਆਂ ਉਹਨਾਂ ਦਾ ਵਿਕਾਸ ਬਹੁਤ ਵਧੀਆ ਹੋ ਜਾਂਦਾ, ਥੱਲੇ ਡੂੰਘੀਆਂ ਚਲੀ ਜਾਂਦੀਆਂ ਨੇ ਕਿਉਂਕਿ ਉਹਨਾਂ ਨੇ ਪਾਣੀ ਲੈਣ ਵਾਸਤੇ ਥੱਲੇ ਜਾਣਾ ਹੈ, ਤੇ ਇਸ ਕਰਕੇ ਵੀ ਜਿਹੜਾ ਵਾ ਬੂਝਾ ਵੀ ਜ਼ਿਆਦਾ ਮਾਰਨਗੀਆਂ। ਇੱਕ ਦੇਖੋ ਕਈ ਸਾਰੀਆਂ ਸਮੱਸਿਆ ਜਿਹੜੀਆਂ ਉਹਨਾਂ ਦਾ ਹੱਲ ਹੋ ਜਾਂਦਾ, ਬੂਝਾ ਜ਼ਿਆਦਾ ਮਾਰਨਗੀਆਂ, ਫਸਲ ਭਾਰੀ ਹੋਵੇਗੀ ਸਾਡੀ, ਨੰਬਰ 2 ਪਾਣੀ ਦੀ ਬਚਤ ਹੈਗੀ ਹੈ, ਨੰਬਰ 3 ਜਿਹੜਾ ਝੋਨਾ ਨਾਲ ਨਿਕਲ ਆਉਂਦਾ ਹੁੰਦਾ ਉਹ ਜਿਹੜਾ ਜਦੋਂ ਅਸੀਂ ਪਾਣੀ ਲਾਉਂਦੇ ਹਾਂ ਤਾਂ ਉਦੋਂ ਝੋਨਾ ਕਈ ਵਾਰੀ ਉੱਗਰ ਜਾਂਦਾ, ਘਾਹ ਵੀ ਜਿਹੜਾ ਉੱਗਰ ਆਉਂਦਾ ਤੇ ਉਹ ਮਰ ਜਾਂਦਾ ਜਦੋਂ ਅਸੀਂ ਬਿਜਾਈ ਕਰਦੇ ਹੈਗੇ। ਮੈਂ ਬਿਲਕੁਲ ਐਗਰੀ ਹਾਂ ਤੁਹਾਡੇ ਨਾਲ ਵੀ ਇਹ 'ਚ ਬਹੁਤ ਫਾਇਦਾ ਹੈ, ਪਰ ਫਾਰਮਰ ਨੂੰ ਆਪਾਂ ਨੂੰ ਆਈਡੈਂਟੀਫਾਈ ਕਰਾਉਣਾ ਪਊਗਾ ਵੀ ਕਿਸ ਮੋਇਸਚਰ ਲੈਵਲ ਨੂੰ ਆਪਾਂ ਤਰ ਬੱਤਰ ਕਹਿ ਰਹੇ। ਬਿਲਕੁਲ, ਬਹੁਤ ਸਾਰੇ ਫਾਰਮਰਸ ਨੇ ਹੁਣ ਤੁਸੀਂ ਦੇਖੋ ਵੀ 10-15 ਜੂਨ ਤੇ ਨਾਲ ਨਰਸਰੀ ਵੀ ਲਾਈ ਹੋਈ ਹੈ, ਜੇ ਨਾ ਉੱਗਿਆ ਫਿਰ ਆਪਾਂ ਟ੍ਰਾਂਸਪਲਾਂਟ ਕਰ ਲੈਣੀ ਹੈ, ਔਰ ਇਹ ਵਾਲੀ ਜਿਹੜੀ ਉਹ ਆਪਾਂ ਇਸ ਸਾਲ ਨਹੀਂ ਹੋਣ ਦੇਣੀ, ਫਿਰ ਸਾਡਾ ਡੀਐਸਆਰ ਸਕਸੈਸਫੁਲ ਹੋਊਗਾ ਵੀ ਇਹਨੂੰ ਹੀ ਉਗਾਉਣਾ, ਨਾਲ ਨਰਸਰੀ ਨਹੀਂ ਲਗਾਉਣੀ ਆਪਾਂ ਦੀ। ਇਹ ਗੱਲ ਥੋੜਾ ਜਿਹਾ ਕੁਛ ਫਾਰਮਰਸ ਨੇ, ਜ਼ਿਆਦਾ ਨਹੀਂ ਗੇ, ਬਾਕੀ ਤਾਂ ਸਾਰੇ ਤਕਰੀਬਨ ਸਹੀ ਤਰੀਕੇ ਨਾਲ ਹੀ ਕਰ ਰਹੇ ਨੇ, ਪਰ ਉਹ ਜਿੱਥੋਂ ਇੱਕ ਅੱਧੇ ਪਿੰਡ ਚ ਵੀ ਕੋਈ ਪ੍ਰੋਬਲਮ ਆ ਗਈ ਨਾ ਤੇ ਉਹ ਸੈਟਬੈਕ ਲਾਊਗਾ ਆਪਣਾ ਟੈਕਨੋਲੋਜੀ। ਸਹੀ ਤਰੀਕੇ ਦੀ ਜਾਣਕਾਰੀ ਜਿਹੜੀ ਹੈ ਉਹ ਬਿਲਕੁਲ ਕਲੀਅਰ ਟੂ ਕਲੀਅਰ ਹੋ ਜੇ ਤੇ ਉਹਨਾਂ ਨੂੰ ਕੋਈ ਸਮੱਸਿਆ ਨਾ ਆਵੇ। ਤੇ ਵੈਸੇ ਵੀ ਪੀਆਈ ਇੰਡਸਟਰੀ ਨੇ ਸਿੱਧੀ ਬਿਜਾਈ ਦੇ ਉੱਤੇ ਇੱਕ ਵੀਡੀਓ, ਬਹੁਤ ਅੱਛੀ ਵੀਡੀਓ ਬਣਾਈ ਹੋਈ ਹੈ, ਔਰ ਉਹਦੇ ਵਿੱਚ ਅਸੀਂ ਵੀ 5 ਨਿਯਮ ਜਿਹੜੇ ਹੈ ਉਹਨਾਂ ਦੇ ਬਾਰੇ ਗੱਲ ਕੀਤੀ ਹੈ, ਵੀ ਖੇਤ ਦੀ ਤਿਆਰੀ ਦੇ ਬਾਰੇ ਗੱਲ ਕੀਤੀ ਹੈ, ਸਮੇਂ ਦੀ ਬਿਜਾਈ ਜਿਹੜੀ ਹੈ ਉਹ ਗੱਲ ਕੀਤੀ ਹੋਈ ਹੈ, ਨਦੀਨਾਂ ਦਾ ਨਿਯੰਤਰਣ ਹੈ, ਸਿੰਚਾਈ ਦੀ ਗੱਲ ਕੀਤੀ ਤੇ ਪੋਸ਼ਟਕ ਤੱਤਾਂ ਦੀ ਜਿਹੜੀ ਹੈਗੀ ਹੈ ਖਾਦਾਂ ਦੀ ਗੱਲ ਕੀਤੀ ਹੋਈ ਹੈ। ਤੇ ਇਹਦੇ ਨਾਲ ਹੀ ਨਾਲ ਅਸੀਂ ਕਿਸਾਨ ਭਰਾਵਾਂ ਨੂੰ ਹੈਲਪਲਾਈਨ ਨੰਬਰ ਵੀ ਜਿਹੜਾ ਹੈਗਾ 9864-77-922 ਦੇ ਨਾਂ ਤੇ ਅਸੀਂ ਹੈਲਪਲਾਈਨ ਨੰਬਰ ਵੀ ਦਿੱਤਾ ਹੋਇਆ ਤਾਂ ਜੋ ਉਹ ਆਪਣੇ ਕੁਐਸਚਨ ਵੀ ਸਾਨੂੰ ਤੋਂ ਪੁੱਛ ਸਕਦੇ ਹੈਗੇ, ਔਰ ਜਿੰਨਾ ਵੀ ਅਸੀਂ ਵੈਬਿਨਾਰ ਕਰਦੇ ਹੈਗੇ ਹਾਂ ਇਹ ਵੀ ਅਸੀਂ ਸਾਡੇ ਜਿਹੜੇ ਕਿਸਾਨ ਭਰਾ ਸਿੱਧੀ ਬਿਜਾਈ ਜਾਂ ਦੂਸਰੇ ਜਿਹੜੇ ਸਾਡੇ ਪੀਆਈ ਇੰਡਸਟਰੀ ਨਾਲ ਜੁੜੇ ਹੋਏ ਨੇ ਉਹਨਾਂ ਤੱਕ ਇਹ ਜਾਣਕਾਰੀ ਵੀ ਅਸੀਂ ਮੁਹੱਈਆ ਕਰਾਉਂਦੇ ਕਿ ਉਹਨਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈ ਉਪਲਬਧ ਹੋ ਜਾਏ ਤਾਂ ਜੋ ਉਹਨਾਂ ਨੂੰ ਕੋਈ ਵੀ ਕਿਸੇ ਪ੍ਰਕਾਰ ਦੀ ਸਮੱਸਿਆ ਨਾ ਆਏ। ਕਿਉਂਕਿ ਅਸੀਂ ਸਾਨੂੰ ਪਤਾ ਹੈ ਕਿ ਮੈਂ 2010 ਤੋਂ ਸਿੱਧੀ ਬਿਜਾਈ ਦੇ ਨਾਲ ਜੁੜਿਆ ਹੋਇਆ, ਔਰ ਮੈਂ ਮੈਡਮ ਹੋਣਾ ਨਾਲ ਕਈ ਵਾਰ ਅਸੀਂ ਮਤਲਬ ਜਿਹੜੇ ਆ ਡੈਮੋਸਟ੍ਰੇਸ਼ਨਾਂ ਕੀਤੀਆਂ ਨੇ ਔਰ ਡੈਮੋਸਟ੍ਰੇਸ਼ਨਾਂ ਕਰਕੇ ਦਿਖਾਈਆਂ ਵੀ ਹੈ, ਤੇ ਈਵਨ ਦੈਨ ਫਾਰਮਰ ਅਡੋਪਟ ਨਹੀਂ ਕਰ ਰਿਹਾ ਸੀ। ਅੱਜ ਦੀ ਡੇਟ ਦੇ ਵਿੱਚ ਕੋਵਿਡ ਦੇ ਚੱਕਰ ਦੇ ਵਿੱਚ ਲੇਬਰ ਦੀ ਸਮੱਸਿਆ ਹੋਣ ਕਰਕੇ ਇਹ ਮੈਨੂੰ ਲੱਗਦਾ ਕਿ ਬਹੁਤ ਵੱਡਾ ਤਜਰਬਾ ਹੋਵੇਗਾ ਕਿ ਇੰਨੇ ਫਾਰਮਰ ਜੁੜੇ ਹੋਏ ਨੇ ਸਿੱਧੀ ਬਿਜਾਈ ਵਾਸਤੇ, ਔਰ ਇਹ ਅਸੀਂ ਕੋਸ਼ਿਸ਼ ਇਹੋ ਹੀ ਹੈ ਕਿ ਅਸੀਂ ਐਟ ਲੀਸਟ 90% ਫਾਰਮਰ ਜਿਹੜੇ ਆ ਉਹ ਸਕਸੈਸਫੁਲ ਹੋ ਜਾਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ 100% ਜਿਹੜੇ ਫਾਰਮਰ ਹੈ ਉਹ ਸਿੱਧੀ ਬਿਜਾਈ ਵੱਲ ਜਿਹੜੇ ਹੈਗੇ ਨੇ ਉਹ ਚੱਲ ਪੈਣ।
ਜੀ ਤੇ ਆਦਮੀ ਆਪਾਂ ਉਹਨੂੰ ਕੋਸ਼ਿਸ਼ ਕਰਦੇ ਆ ਉਹ ਸਿੱਧੀ ਬਿਜਾਈ ਵਾਲਾ ਧਾਨ ਸਟਾਰਟ ਕਰੇ ਸਿੱਧੀ ਬਿਜਾਈ ਦਾ ਧਾਨ ਸਟਾਰਟ ਕਰਦਾ ਤੇ ਜਦੋਂ 20-ਇੱਕ ਦਿਨ ਦੇ ਵਿੱਚ ਉਹਦੀ ਧਾਨ ਪਹੁੰਚਦੀ ਹੈ ਤੇ ਉਹ ਖੇਤ ਨੂੰ ਦੇਖਦਾ ਤੇ ਉਸ ਕਰਕੇ ਉਸਕਾ ਜੀ ਉਹ ਕਹਿੰਦਾ ਜੀ ਮਜ਼ਾ ਨੀ ਆਇਆ ਰਾਈਟ ਜਿਹੜਾ ਆਪਣੀ ਆਦਤ ਹੈਗੀ ਤੇ ਉੱਧਰ ਜਾ ਕੇ 20-25 ਸਾਲ ਦਿਨ ਤੇ ਜਾ ਕੇ ਫਾਰਮਰ ਕੀ ਕਰਦਾ ਜਿਹੜਾ ਅੱਜ ਵੀ ਆਪਾਂ ਸੁਣਦੇ ਨੇ ਪੰਜਾਬ ਦੇ ਵਿੱਚ ਉਹਨੇ ਇੱਕ ਪਾਸੇ ਉਹਨੇ ਸਿੱਧੀ ਬਿਜਾਈ ਕੀਤੀ ਦੂਜੇ ਪਾਸੇ ਉਹਨੇ ਪਨੀਰੀ ਵੀ ਲਾਈ ਹੋਈ ਹੈ ਠੀਕ ਹੈ ਜੀ ਉਹ ਸੋਚਦਾ ਜੇ ਮੈਨੂੰ ਲੇਬਰ ਮਿਲ ਗਈ ਕੱਲ ਦੇ ਦਿਨ ਤੇ ਮੈਂ ਸਿੱਧੀ ਬਿਜਾਈ ਵਾਲੀ ਜਗ੍ਹਾ ਤੇ ਹੀ ਸੇਮ ਜਾ ਕੇ ਰੋਪਾਈ ਕਰ ਲਾਂਗਾ ਤੇ ਸਾਨੂੰ ਆਈ ਥਿੰਕ ਫਾਰਮਰ ਨੂੰ ਇੱਕ ਚੀਜ਼ ਸਮਝਾਉਣੀ ਪਊਗੀ ਕਿ ਫਾਰਮਰ ਹਮੇਸ਼ਾ ਸੋਚਦਾ ਉਹਦੀ ਸਿੱਧੀ ਬਿਜਾਈ ਵਾਲੇ ਦੇ ਵਿੱਚ ਜਿਹੜੀ ਝਾੜ ਹੈ ਉਹ ਘੱਟ ਆਏਗੀ ਉਹਦੀ ਪੈਦਾਵਾਰ ਘੱਟ ਹੋਊਗੀ ਲੇਕਿਨ ਇੱਕ ਤਾਂ ਫਾਰਮਰ ਉਹ ਲਾਸਟ ਦੀ ਸਟੇਜ ਤੱਕ ਪਹੁੰਚਦਾ ਨਹੀਂ ਹੈ ਤੇ ਉਹਨੂੰ ਪਤਾ ਨਹੀਂ ਲੱਗਦਾ ਕਿ ਝਾੜ ਕੀ ਹੈ ਦੂਜੀ ਚੀਜ਼ ਜਿਹੜੀ ਸਾਨੂੰ ਦੇਖਣੀ ਪੈਣੀ ਹੈ ਆਪਾਂ ਓਵਰਆਲ ਪੈਦਾਵਾਰ ਨਹੀਂ ਓਵਰਆਲ ਖਰਚੇ ਤਾਂ ਓਵਰਆਲ ਮੁਨਾਫੇ ਦੀ ਗੱਲ ਕਰਨੀ ਇੱਕ ਜ਼ਰੂਰੀ ਚੀਜ਼ ਹੈ ਕਿ ਉਹ ਅੱਜ ਦੇ ਦਿਨ 7,000 ਤੋਂ ਲੈ ਕੇ 10,000 ਰੁਪਇਆ ਉਹ ਕਿੱਲੇ ਦਾ ਬਚਾ ਸਕਦਾ ਸਿੱਧੀ ਬਿਜਾਈ ਦੇ ਲੇਬਰ ਦੇ ਖਰਚੇ ਦੇ ਨਾਲ ਉਹਦੇ ਆਪਣੇ ਪਾਣੀ ਦੇ ਖਰਚੇ ਨਾਲ ਉਹ ਉਸ ਖਰਚੇ ਨੂੰ ਬਚਾ ਕੇ ਜੇ ਉਹਦੀ ਥੋੜਾ ਬਹੁਤ ਘੱਟ ਵੱਧ ਜਿਹੜੀ ਪੈਦਾਵਾਰ ਹੈ ਵੀ ਜੇ ਇੱਕ ਦੋ ਕੁਇੰਟਲ ਅੱਗੇ ਪਿੱਛੇ ਵੀ ਹੋ ਜਾਂਦੀ ਹੈ ਤੇ ਜੇ ਉਹ ਦੇਖੇ ਕਿ ਉਹਨੇ ਓਵਰਆਲ ਪੈਸਾ ਕਿੰਨਾ ਬਚਾਇਆ ਬਰਾਬਰ ਥਾਂ ਤੇ ਹੀ ਜਾ ਕੇ ਛੱਡਦਾ ਉਹਨੂੰ ਕਿ ਯਾਰ ਮੁਨਾਫਾ ਮੈਨੂੰ ਬਰਾਬਰ ਹੀ ਸੀਗਾ ਜੇ ਮੇਰੀ ਪੈਦਾਵਾਰ ਥੋੜਾ ਬਹੁਤ ਘੱਟ ਵੱਧ ਹੋ ਗਈ ਹੈ ਤੇ ਉਹ ਜੇ ਮੇਰਾ ਖਰਚਾ ਬਚ ਗਿਆ ਇਸੇ ਪੂਰਾ ਕਰਦਾ ਉਹ ਚੀਜ਼ ਬਹੁਤ ਜ਼ਰੂਰੀ ਹੈ ਕਿ ਜਦ ਆਪਾਂ ਗੱਲ ਕਰਦੇ ਹਾਂ 20 ਦਿਨਾਂ ਤੇ ਬਾਅਦ 25 ਦਿਨਾਂ ਤੇ ਬਾਅਦ ਤੇ ਉਸ ਤੋਂ ਅੱਗੇ ਜੇ ਆਪਾਂ ਫਾਰਮਰ ਨੂੰ ਅੱਜ ਦੇ ਦਿਨ ਲੈ ਜਾ ਸਕਦੇ ਹਾਂ ਉਹਨੂੰ 50 ਦਿਨ ਅੱਗੇ ਉਹਨੂੰ ਪੂਰੀ ਹੌਸਲਾ ਅਫਜਾਈ ਕਰੇ ਕਿ ਭਈਆ ਨਹੀਂ ਉਹਨੂੰ ਬਰਾਬਰ ਜਗ੍ਹਾ ਤੇ ਜਾ ਕੇ ਛੋੜੂਗੀ ਉਨੀ ਪੈਦਾਵਾਰ ਹੋਊਗੀ ਤੁਹਾਡੇ ਖਰਚੇ ਬਚਾਂਗੇ ਮੁਨਾਫਾ ਓਨਾ ਹੀ ਹੋਊਗਾ ਤਾਂ ਉਹ ਚੀਜ਼ ਸ਼ਾਇਦ ਸਾਡੇ ਕਿਸਾਨ ਨੂੰ ਅੱਜ ਦੇ ਦਿਨ ਸਾਨੂੰ ਦੱਸਣੀ ਪੈਣੀ ਹੈ ਸਾਡੇ ਜਿਹੜੇ ਵਿਭਾਗ ਜੀ ਹੈਗੇ ਸਾਰੀ ਚੀਜ਼ਾਂ ਆਪਾਂ ਕਰ ਰਹੇ ਨੇ ਸਾਰੇ ਵਿਭਾਗ ਅੱਜ ਦੇ ਦਿਨ ਲੱਗੇ ਨੇ ਕਿ ਮੈਂ ਮੈਡਮ ਜੀ ਨੂੰ ਸੁਣਿਆ ਕਿ ਨਹੀਂ ਆਪਾਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਸਾਡਾ ਉਹ ਕਾਮਯਾਬ ਹੋਵੇ ਤੇ ਉਹਨਾਂ ਦੇ ਹੌਸਲੇ ਨੂੰ ਬਿਲਕੁਲ ਸਲਾਮ ਹੈ ਸਾਡਾ ਲੇਕਿਨ ਇਹਦੇ ਵਿੱਚ ਇਹ ਹੈ ਕਿ ਜਿਹੜੀ ਮੈਂ PR 122 ਦੀ ਕਾਸਟ ਕੀਤੀ ਸੀਗੀ ਜੀ ਆਪਣੇ ਤੇ ਉਹਦੇ ਵਿੱਚ ਆਪਾਂ 5 ਏਕੜ ਚ ਕੀਤੀ ਹੈ ਤੇ ਰਾਊਂਡ ਅਬਾਊਟ ਆਪਾਂ ਲਾਇਆ ਸੀਗਾ 20 ਤਰੀਕ ਨੂੰ ਆਪਾਂ ਜਿਹੜੀ ਹੈ ਸੋਇੰਗ ਕੀਤੀ ਸੀਗੀ ਤਾਰਵੱਤਰ ਖੇਤ ਚ ਜੀ ਜੀ ਤਾਰਵੱਤਰ ਖੇਤ ਚ ਕਰਕੇ 3 ਕੁ ਸੈਂਟੀਮੀਟਰ ਡੂੰਘਾਈ ਰੱਖੀ ਸੀਗੀ ਤੇ ਲੱਕੀ ਸੀ ਡਰਿੱਲ ਨਾਲ ਆਪਾਂ ਬਿਜਾਈ ਕੀਤੀ ਸੀਗੀ ਔਰ ਹੋਇਆ ਕਿ ਉਹਦੇ ਵਿੱਚ ਜਿੱਦਾਂ ਕਿ ਹੁਣ ਲਗਭਗ 10-12 ਦਿਨ ਹੋ ਗਏ ਆ ਰਾਊਂਡ ਅਬਾਊਟ 70% ਜਰਮੀਨੇਸ਼ਨ ਹੋ ਗਈ ਹੈ ਇਹਦੀ ਤੇ ਪੈਂਡੀਮੈਥਲੇਨ ਦੀ ਔਰ ਜਿਹੜੀ ਆਪਾਂ ਪਰੈਜੂ ਸਲਫੂਰ ਆਉਣਾ ਉਹਦੀ ਸਪਰੇਅ ਜਿਹੜੀ ਹੈ ਨਾਲ ਹੀ ਕਰਤੀ ਸੀਗੀ ਕਿਉਂਕਿ ਉਹ 200 ਲੀਟਰ ਦਾ ਟੈਂਕ ਹੈਗਾ ਤੁਹਾਨੂੰ ਪਤਾ ਹੀ ਹੈ ਉਹਦਾ ਲੱਗੀ ਸੀ ਡਰਿੱਲ ਤੇ ਸ਼ਾਮ ਨੂੰ ਇਹਦੀ ਬਿਜਾਈ ਕੀਤੀ ਸੀ ਜਿਹੜਾ ਕਿ ਮੈਂ ਵੀ ਆਪਣੇ ਵੱਲੋਂ ਸ਼ੇਅਰ ਕਰਨਾ ਚਾਹੂੰਗਾ ਕਿ ਜਿਹੜੇ ਵੀ ਕਿਸਾਨ ਵੀਰਾਂ ਨੇ ਕਰਨੀ ਹੈ ਬਿਜਾਈ ਹਜੇ ਉਹਦੇ ਲਈ ਤਾਂ ਜਿਹੜਾ PR 126 ਜਿਹੜਾ ਹੈਗਾ ਉਹਦੀ ਜਿਹੜੀ ਬਿਜਾਈ ਹੁਣ ਸਟਾਰਟ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਸ਼ੋਰਟ ਡਿਊਰੇਸ਼ਨ ਵਰਾਇਟੀ ਹੈ ਤੇ ਦੂਸਰਾ ਵੀ ਐਕਸਪੀਰੀਅੰਸ ਕਿਸਾਨਾਂ ਤੋਂ ਇਹ ਮਿਲ ਰਿਹਾ ਕਿ PR 126 ਦੀ ਜਰਮੀਨੇਸ਼ਨ ਐਜ਼ ਕੰਪੇਅਰ ਟੂ ਅਦਰ PR 121 ਜਾਂ ਕੋਈ ਹੋਰ ਵਰਾਇਟੀਆਂ ਜਿਹੜੀਆਂ ਉਹਦੇ ਕੰਪੈਰੀਟਿਵਲੀ ਇਹਦੀ ਫਾਸਟ ਆ ਕਿਉਂਕਿ ਇਹ ਲਗਭਗ 123 ਦਿਨ ਲੈਂਦੀ ਹੈ ਸਾਰੀ ਆਫਟਰ ਸੀਡਿੰਗ ਤੇ ਦੂਸਰੀਆਂ ਵਰਾਇਟੀਆਂ ਜਿੱਦਾਂ PR 121 ਹੈ ਜਾਂ PR 122 ਜੇ ਕਹਿੰਦੇ ਕਈ ਕਿਸਾਨ ਕਿ ਆਪਾਂ ਇਹ ਲਾਉਣੀ ਆ ਉਹਦੀ ਜੋ ਮੈਨੂੰ ਲੱਗਾ ਕਿ ਇਹਦੀ ਸੀਡ ਕੋਟ ਹੈ ਜਿਹੜੀ ਥੋੜ੍ਹੀ ਜਿਹੀ ਹਾਰਡ ਹੈ ਐਜ਼ ਕੰਪੇਅਰ ਟੂ PR 126 ਇਸ ਕਰਕੇ ਜਰਮੀਨੇਸ਼ਨ ਦੇ ਵਿੱਚ 10-12 ਜਾਂ 14 ਦਿਨ ਦਾ ਟਾਈਮ ਵੀ ਲੱਗ ਸਕਦਾ ਜੇ ਤਾਰਵੱਤ ਹੈ ਪਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਪੇਸ਼ੈਂਸ ਰੱਖਣ ਦੀ ਜ਼ਰੂਰਤ ਹੈ ਘਬਰਾਉਣ ਦੀ ਜ਼ਰੂਰਤ ਹੈ ਨਹੀਂ ਆਪਣੇ ਨਿਊ ਜਿਹੜੇ ਬੰਦੇ ਜਿਹੜੀ ਇਹਦੀ ਸੀਡ ਬਿਜਾਈ ਕਰ ਰਹੇ ਆ ਪਰ ਮੈਂ ਸਾਰਿਆਂ ਦਾ ਇੱਕ ਵਾਰ ਫੇਰ ਧੰਨਵਾਦ ਕਰਦਾ ਔਰ ਥੈਂਕ ਯੂ PI ਇੰਡਸਟਰੀ ਇਸੇ ਤਰ੍ਹਾਂ ਦੀ ਜਿਹੜੀਆਂ ਮੀਟਿੰਗਸ ਨੇ ਕਿਉਂਕਿ ਹੁਣ ਇਕੱਠੇ ਤਾਂ ਹੋ ਨਹੀਂ ਸਕਦੇ ਤੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਦੇ ਵਿੱਚ ਜਾ ਕੇ ਹੀ ਅਸੀਂ ਆਪਣਾ ਐਕਸਪੀਰੀਅੰਸ ਜਿਹੜਾ ਵਾ ਉਹ ਸ਼ੇਅਰ ਕਰਕੇ ਤਾਂ ਜੋ ਫਾਰਮਰ ਨੂੰ ਵੱਧ ਤੋਂ ਵੱਧ ਬੈਨੀਫਿਟ ਮਿਲ ਸਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਪਦਤੀ ਹੈਗੀ ਹੈ ਇਸ ਨੂੰ ਅਪਣਾ ਸਕੀਏ ਜਿਹਦੇ ਨਾਲ ਪਾਣੀ ਦੀ ਬਚਤ ਹੈ ਜਿਹਦੇ ਨਾਲ ਪੈਸੇ ਦੀ ਬਚਤ ਹੈ ਔਰ ਕਿਸਾਨ ਨੂੰ ਲੇਬਰ ਤੋਂ ਜਿਹੜੀ ਲੇਬਰ ਦੀ ਵੱਡੀ ਸਮੱਸਿਆ ਆ ਰਹੀ ਹੈ ਉਹਦਾ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਸਾਨੂੰ ਲਾਸ ਹੈ ਉਹ ਪੂਰਾ ਜਿਹੜਾ ਵਾ ਸਾਡਾ ਉਹ ਹੋ ਸਕੇ ਤੇ ਉਸ ਚੀਜ਼ ਦੇ ਮੱਦੇ ਨਜ਼ਰ ਰੱਖ ਕੇ PI ਇੰਡਸਟਰੀ ਵੱਲੋਂ ਇੱਕ ਵਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਥੈਂਕ ਯੂ ਧੰਨਵਾਦ ਨਮਸਕਾਰ ਕਿਸਾਨ ਭਾਈਓ PI ਇੰਡਸਟਰੀਜ਼ ਤੁਹਾਡੇ ਸਾਰਿਆਂ ਦਾ ਇਸ ਝੋਨੇ ਅਤੇ ਕਿਸਾਨ ਪ੍ਰੋਗਰਾਮ ਲਈ ਸਵਾਗਤ ਕਰਦੀ ਹੈ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸਿੱਧੀ ਬਿਜਾਈ ਦੇ ਤਹਿਤ ਝੋਨੇ ਦੀ ਕਾਸ਼ਤ ਬਾਰੇ ਵਿਚਾਰ ਕਰਾਂਗੇ ਝੋਨਾ
ਸਾਡੇ ਦੇਸ਼ ਵਿੱਚ ਇੱਕ ਵੱਡੀ ਫਸਲ ਹੈ ਅਤੇ ਅਸੀਂ ਵਿਸ਼ਵ ਵਿੱਚ ਝੋਨੇ ਦੇ ਸਭ ਤੋਂ ਵੱਡੇ ਉਤਪਾਦਕ ਹਾਂ। 80% ਝੋਨੇ ਦੀ ਕਾਸ਼ਤ ਮੁੱਖ ਤੌਰ ਤੇ ਸਾਉਣੀ ਜਾਨੇ ਖਰੀਫ ਦੇ ਸੀਜ਼ਨ ਵਿੱਚ ਕੀਤੀ ਜਾਂਦੀ ਹੈ। ਝੋਨਾ ਭਾਰਤ ਦੀ ਮੁੱਖ ਫਸਲਾਂ ਵਿੱਚੋਂ ਇੱਕ ਹੈ ਜਿਹੜੀ 11 ਕਰੋੜ ਏਕੜ ਵਿੱਚ ਉਗਾਈ ਜਾਂਦੀ ਹੈ। ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਤਮਿਲਨਾਡੂ ਵਿੱਚ ਝੋਨੇ ਦੀ ਕਾਸ਼ਤ ਵੱਡੇ ਪੱਧਰ ਤੇ ਸਿੱਧੀ ਬਿਜਾਈ ਕਰਕੇ ਕੀਤੀ ਜਾਂਦੀ ਹੈ। ਰੁਪਾਈ ਬਿਜਾਈ ਵਿੱਚ ਬਹੁਤ ਮਿਹਨਤ ਲੱਗਦੀ ਹੈ ਅਤੇ ਸਮੇਂ ਦੇ ਨਾਲ ਨਾਲ ਪਾਣੀ ਵੀ ਜ਼ਿਆਦਾ ਖਰਚ ਆਉਂਦਾ ਹੈ। ਝੋਨੇ ਦੀ ਸਿੱਧੀ ਬਿਜਾਈ ਲਈ ਇੱਕ ਸਰਲ ਫਾਰਮੂਲਾ ਹੈ। ਫਾਰਮੂਲਾ ਹੈ 80-5। ਪਹਿਲਾ ਫਾਰਮੂਲਾ ਹੈ ਖੇਤ ਦੀ ਤਿਆਰੀ। ਖੇਤ ਨੂੰ ਵਾਹੁਣ, ਖੇਤ ਨੂੰ ਸਮਤਲ ਕਰਨ ਅਤੇ ਫਿਰ ਇਸ ਨੂੰ ਪਾਣੀ ਦੇਣਾ। ਵਤਰ ਅਵਸਥਾ, ਪਾਣੀ ਲਗਾਉਣ ਦੇ ਬਾਅਦ ਖੇਤ ਦੀ ਜੁਤਾਈ। ਵਤਰ ਅਵਸਥਾ ਯਾਨੀ ਕਿ ਉੱਪਰ ਦੀ ਸਤਹ ਸੁੱਕੀ ਰਹੇ ਅਤੇ ਹੇਠਲੇ ਸਤਹ ਨਮੀ ਕਾਫੀ ਹੈ। ਖੇਤਾਂ ਦੀ ਮੁੜ ਕਾਸ਼ਤ ਕਰੋ ਅਤੇ ਪਟੇਲ ਕਰੋ। ਬਿਜਾਈ ਤੋਂ ਪਹਿਲਾਂ ਝੋਨੇ ਦੇ ਬੀਜ ਨੂੰ ਫਫੂੰਦੀ ਨਾਸ਼ਕ ਜਿਵੇਂ ਕਿ ਮੈਨਕੋਜ਼ੇਬ, ਕਾਰਬਨ ਡਾਈਜ਼ਿਮ ਦੇ ਨਾਲ 10 ਤੋਂ 12 ਮਿਲੀਲੀਟਰ ਪਾਣੀ ਪ੍ਰਤੀ ਕਿਲੋਗ੍ਰਾਮ ਬੀਜ ਵਿੱਚ ਘੋਲ ਕੇ ਉਪਚਾਰਿਤ ਕਰੋ। 1 ਏਕੜ ਵਿੱਚ 8 ਤੋਂ 10 ਕਿਲੋ ਬੀਜ ਅਤੇ ਝੋਨੇ ਦੇ ਬੀਜ ਨੂੰ ਪਾਣੀ ਵਿੱਚ 8 ਘੰਟਿਆਂ ਲਈ ਵਰਤੋ ਅਤੇ ਫਿਰ ਛਾਂ ਵਿੱਚ ਸੁਕਾਓ। ਮਸ਼ੀਨ ਨਾਲ ਬੀਜੋ। ਬਿਜਾਈ ਲਈ ਸੁੱਕੇ ਬੀਜ ਦੀ ਵਰਤੋਂ ਕਰੋ, ਗਿੱਲੇ ਨਾ ਹੋਣ। ਇਸ ਵਿਧੀ ਵਿੱਚ ਅਸੀਂ ਬਿਜਾਈ ਕਰਦੇ ਹਾਂ, ਮਿੱਟੀ ਵਿੱਚ ਨਮੀ ਰਹਿੰਦੀ ਹੈ ਅਤੇ ਪਾਣੀ ਘੱਟ ਲੱਗਦਾ ਹੈ। ਦੂਜਾ ਫਾਰਮੂਲਾ, ਸਹੀ ਸਮੇਂ ਤੇ ਬੀਜੋ। ਸਮੇਂ ਸਿਰ ਬਿਜਾਈ ਦਾ ਮੀਂਹ ਨਾਲੋਂ ਜ਼ਿਆਦਾ ਫਾਇਦਾ ਹੁੰਦਾ ਹੈ। ਪੌਦਿਆਂ ਦੀ ਜੜ੍ਹਾਂ ਦਾ ਵਿਕਾਸ ਅਤੇ ਨਦੀਨਾਂ ਦੇ ਨਿਯੰਤਰਣ ਵਿੱਚ ਸਹਾਇਤਾ ਕਰਦਾ ਹੈ। ਮਈ ਦੇ ਆਖਰੀ ਹਫ਼ਤੇ ਤੋਂ ਜੂਨ ਦੇ 3ਜੇ ਹਫ਼ਤੇ ਤੱਕ ਬੀਜੋ। ਪਰ ਸਮਾਂ ਕਿਸਾਨਾਂ ਤੋਂ ਸੰਕੇਤਕ ਹੈ। ਆਪ ਆਪਣੇ ਖੇਤਰ ਦੇ ਅਨੁਸਾਰ ਸਹੀ ਸਮਾਂ ਚੁਣੋ। ਪ੍ਰਤੀ ਏਕੜ ਤੋਂ ਵਧੇਰੀ ਪੈਦਾਵਾਰ ਪ੍ਰਾਪਤ ਕਰਨ ਲਈ ਸਹੀ ਸਮੇਂ ਦੀ ਜਾਣਕਾਰੀ ਜ਼ਰੂਰੀ ਹੈ। ਸਿੱਧੀ ਬਿਜਾਈ ਲਈ ਲਗਭਗ ਇਹ ਸਾਰੇ ਝੋਨੇ ਦੀਆਂ ਕਿਸਮਾਂ ਨੂੰ ਜੋ ਤੇਜ਼ੀ ਨਾਲ ਵਧਦੀਆਂ ਹਨ ਲਗਾ ਸਕਦੇ ਹਨ। ਤੁਸੀਂ ਆਪਣੇ ਖੇਤਰ ਦੇ ਅਨੁਸਾਰ ਝੋਨੇ ਦੀਆਂ ਕਿਸਮਾਂ ਨੂੰ ਲਗਾ ਕੇ ਵਧੇਰੀ ਉਪਜ ਪ੍ਰਾਪਤ ਕਰ ਸਕਦੇ ਹੋ। ਤੀਜਾ ਫਾਰਮੂਲਾ ਹੈ ਨਦੀਨ ਨਿਯੰਤਰਣ। ਪਰ ਨਦੀਨ ਦੇ ਨਿਯੰਤਰਣ ਲਈ ਪ੍ਰੀ ਇਮਰਜੈਂਟ ਦੇ ਰੂਪ ਵਿੱਚ 48 ਘੰਟਿਆਂ ਦੇ ਅੰਦਰ PI ਬੰਕਰ ਦਾ ਛਿੜਕਾਅ ਕਰੋ। ਬਿਜਾਈ ਤੋਂ ਤੁਰੰਤ ਬਾਅਦ ਨਦੀਨ ਨਾਸ਼ਕ ਦੀ ਵਰਤੋਂ ਕਰੋ। 200 ਲੀਟਰ ਪਾਣੀ ਵਿੱਚ 1 ਲੀਟਰ ਬੰਕਰ ਨੂੰ ਮਿਲਾ ਕੇ ਪ੍ਰਤੀ ਏਕੜ ਦੀ ਦਰ ਤੇ ਸਪਰੇਅ ਕਰੋ। ਝੋਨੇ ਦੀ ਖੇਤੀ ਵਿੱਚ ਪ੍ਰੀ ਇਮਰਜੈਂਟ ਵਰਤਣ ਦੇ ਬਾਅਦ ਵੀ ਨਦੀਨਾ ਉੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਜੇ ਨਦੀਨਾ ਉੱਗਦੇ ਹਨ ਤਾਂ ਨਦੀਨਾ ਦੀ 2 ਤੋਂ 5 ਪੱਤੇ ਦੀ ਅਵਸਥਾ ਵਿੱਚ PI ਦਾ ਮੁਕੰਮਲ ਸਮਾਧਾਨ ਨੋਮਿਨੀ ਗੋਲਡ PI ਮਿਕਸ ਦੀ ਅਤੇ ਲਗੇਸੀ ਦੀ ਵਰਤੋਂ ਕਰੋ। ਨੋਮਿਨੀ ਗੋਲਡ PI ਮਿਕਸ ਅਤੇ ਲਗੇਸੀ ਦੇ ਮੁਕੰਮਲ ਸਮਾਧਾਨ ਦੇ ਨਾਲ ਕਾ, ਮੋਥਾ ਅਤੇ ਚੋਰੀ ਪੱਤੀ ਵਾਲੀ ਨਦੀਨਾ ਤੇ ਮੁਕੰਮਲ ਨਿਯੰਤਰਣ ਪਾਓ। ਕੋਲ ਤਿਆਰ ਕਰਦੇ ਸਮੇਂ ਯਾਦ ਰੱਖੋ, ਪਹਿਲਾਂ PI ਮਿਕਸ ਪਾਓ, ਫਿਰ ਨੋਮੀ ਗੋਲਡ, ਫਿਰ ਲਗੇਸੀ ਮਿਕਸ ਕਰੋ। PI ਮਿਕਸ 8 ਗ੍ਰਾਮ ਪ੍ਰਤੀ ਏਕੜ ਦੀ ਦਰ ਤੇ ਵਰਤੋਂ ਕਰੋ। ਨੋਮਿਨੀ ਗੋਲਡ ਦੀ 100 ਤੋਂ 120 ਮਿਲੀਲੀਟਰ ਪ੍ਰਤੀ ਏਕੜ ਦੀ ਦਰ ਤੇ ਵਰਤੋਂ ਕਰੋ। ਲਗੇਸੀ ਦੀ ਵਰਤੋਂ 300 ਤੋਂ 330 ਮਿਲੀਲੀਟਰ ਪ੍ਰਤੀ ਏਕੜ ਦੀ ਦਰ ਤੇ ਵਰਤੋਂ ਕਰੋ। ਤਿੰਨਾਂ ਨੂੰ ਚੰਗੀ ਤਰ੍ਹਾਂ ਰਲਾਓ। ਨਦੀਨ ਨਾਸ਼ਕਾਂ ਤੇ ਚੰਗਾ ਨਿਯੰਤਰਣ ਪਾਉਣ ਲਈ ਨੋਮਿਨੀ ਗੋਲਡ PI ਮਿਕਸ ਅਤੇ ਲਗੇਸੀ ਦੀ ਵਰਤੋਂ ਕਰੋ ਜਦੋਂ ਨਦੀਨਾ ਦੀਆਂ 2 ਤੋਂ 5 ਪੱਤੇ ਦੀ ਅਵਸਥਾ ਹੋਏ। ਨਦੀਨਾ ਦੀ ਇਹ ਅਵਸਥਾ ਬਿਜਾਈ ਲਗਭਗ 15 ਤੋਂ 20 ਦਿਨ ਵਿੱਚ ਆਉਂਦੀ ਹੈ। ਬਿਹਤਰ ਨਤੀਜੇ ਲਈ ਨੋਮਿਨੀ ਗੋਲਡ PI ਮਿਕਸ ਅਤੇ ਲਗੇਸੀ ਤੇ ਛਿੜਕਾਅ ਕਰਨ ਦੇ 48 ਘੰਟਿਆਂ ਬਾਅਦ ਖੇਤਾਂ ਨੂੰ ਸਿੰਚਿਤ ਕਰੋ। ਚੌਥਾ ਫਾਰਮੂਲਾ ਹੈ ਸਿੰਜਾਈ। ਸਿੱਧੀ ਬਿਜਾਈ ਲਈ ਸਿੰਜਾਈ ਦੀ ਜ਼ਰੂਰਤ ਘੱਟ ਪੈਂਦੀ ਹੈ। ਹੇਠਲੀ ਮਿੱਟੀ ਵਿੱਚ ਨਮੀ ਦੀ ਘਾਟ ਹੋਣ ਦੀ ਸਥਿਤੀ ਵਿੱਚ ਹਲਕੀ ਸਿੰਚਾਈ ਕਰੋ। ਪਹਿਲੀ ਸਿੰਜਾਈ 10 ਤੋਂ 21 ਦਿਨ ਜੇ ਭਾਰੀ ਮਿੱਟੀ ਵਿੱਚ ਹੋਵੇ ਅਤੇ ਜੇ ਮੱਧਮ ਭਾਰੀ ਮਿੱਟੀ ਵਿੱਚ ਹੈ ਤੇ ਇਹ 7 ਤੋਂ 15 ਦਿਨਾਂ ਵਿੱਚ ਹੋਣੀ ਚਾਹੀਦੀ ਹੈ। ਪਹਿਲੀ ਸਿੰਚਾਈ ਤੋਂ ਬਾਅਦ ਜ਼ਰੂਰਤ ਅਨੁਸਾਰ 7 ਤੋਂ 10 ਦਿਨਾਂ ਦੇ ਅੰਤਰਾਲ ਤੇ ਸਿੰਚਾਈ ਕਰੋ। ਇਸ ਨੂੰ ਧਿਆਨ ਵਿੱਚ ਰੱਖੋ, ਝੋਨੇ ਦੀ ਕ੍ਰਾਂਤਿਕ ਪੜਾਅ ਵਿੱਚ ਖੇਤਾਂ ਵਿੱਚ ਨਮੀ ਦੀ ਕਮੀ ਨਹੀਂ ਹੋਣੀ ਚਾਹੀਦੀ। ਝੋਨੇ ਦੀ ਨਾਜ਼ੁਕ ਅਵਸਥਾ ਹੁੰਦੀ ਹੈ ਬੁੱਝਾ ਮਾਰਨ ਦੀ ਅਵਸਥਾ, ਗੋਬ ਅਵਸਥਾ, ਬਾਲੀਆਂ ਅਤੇ ਫੁੱਲ ਅਵਸਥਾ, ਦਾਣੇ ਭਰਨ ਅਤੇ ਪੱਕਣ ਦੀਆਂ ਸਥਿਤੀਆਂ। ਪੰਜਵਾਂ ਫਾਰਮੂਲਾ ਹੈ ਪੋਸ਼ਕ ਤੱਤਾਂ ਦਾ ਪ੍ਰਬੰਧਨ। ਪੋਸ਼ਕ ਪ੍ਰਬੰਧਨ ਲਈ ਯੂਰੀਆ, DAP, ਪੋਟਾਸ਼, ਜ਼ਿੰਕ ਆਦਿ ਦੀ ਵੱਖ ਵੱਖ ਪੜਾਵਾਂ ਤੇ ਵੱਖ ਵੱਖ ਮਾਤਰਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਟੇਬਲ ਤੋਂ ਤੁਸੀਂ ਦੇਖ ਸਕਦੇ ਹੋ ਕਿ ਵੱਖ ਵੱਖ ਫਸਲਾਂ ਦੇ ਪੜਾਵਾਂ ਵਿੱਚ ਕਿੰਨੀ ਮਾਤਰਾ ਵਿੱਚ ਪੋਸ਼ਕ ਤੱਤਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਨ ਸ਼ਰਤਾਂ ਅਧੀਨ ਸਿੱਧੀ ਬਿਜਾਈ ਨਾ ਕਰੋ। ਜਿੱਥੇ ਰੇਤੀਲੀ ਮਿੱਟੀ ਹੈ, ਉੱਚ PH ਸੰਤੁਲਨ ਹੈ, ਖਾਰੇ ਪਾਣੀ ਵਾਲੀ ਜਗ੍ਹਾ ਵਿੱਚ, ਲੋਹੇ ਦੀ ਘਾਟ ਵਾਲੀ ਮਿੱਟੀ
जिथे पानी की गुणवत्ता चंगी नहीं है ता देखिया कि सीधी बिजाई ले किसान भरा किन्ने सौखे अते लाभकारी हन। इस विच बचत करन दे नाल तुहानू मिलदी है लह लहांदी फसल, जदों उपज होवे ज्यादा ताई ते खुशहाली ज्यादा।